ਦੀਆਂ ਯਾਦਾਂ ਸਹੁਰੇ ਘਰ ਦੀਆਂ ਜ਼ਿੰਮੇਵਾਰੀਆਂ ਇਹਨਾਂ ਨੂੰ ਸਾਰੀ ਉਮਰ ਨਿਭਾਉਂਦੀ ਹੈ ਇੱਕ ਸੁਪਰਸਟਾਰ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਆਕਾਂਕਸ਼ਾ ਸੋਢੀ ਤੇ ਤੁਸੀਂ ਦੇਖ ਰਹੇ ਹੋ ਸੁਪਰਸਟਾਰ ਨੂੰ ਸੀਜ਼ਨ 2 ਤੇ ਅਸੀਂ ਅੱਜ ਪਹੁੰਚੇ ਹੋਏ ਮੋਹਾਲੀ ਤੇ ਅੱਜ ਅਸੀਂ ਲੱਭਾਂਗੇ ਆਪਣੀ ਨਵੀਂ ਸੁਪਰਸਟਾਰ ਨੂੰ ਤੇ ਜਿਹੜੀ ਅੱਜ ਦੀ ਸਾਡੀ ਸੁਪਰਸਟਾਰ ਨੂੰ ਹੈ ਨਾ ਇਹਨਾਂ ਬਾਰੇ ਮੈਂ ਬੜਾ ਕੁਝ ਸੁਣਿਆ। ਮੈਂ ਇਹ ਸੁਣਿਆ ਕਿ ਆਪਣੇ ਪਰਿਵਾਰ ਨੂੰ ਜੋੜ ਕੇ ਰੱਖਦੇ ਨੇ, ਇਹਨਾਂ ਦੇ ਬੱਚੇ ਬੜੇ ਰੌਣਕੀ ਨੇ, ਬੱਚਿਆਂ ਨਾਲ ਬੜਾ ਪਿਆਰ ਹੈ, ਇੱਥੋਂ ਤੱਕ ਕਿ ਆਪਣੇ ਫਰੈਂਡਸ ਅਤੇ ਭੈਣਾਂ ਨਾਲ ਵੀ ਬੜਾ ਪਿਆਰ ਹੈ। ਤੇ ਹੁਣ ਮੈਂ ਦੇਖੂੰਗੀ ਕਿ ਵਾਕਈ ਉਹ ਮੇਰੇ ਸਾਰੇ ਟੈਸਟ ਜਿਹੜੇ ਮੇਰੇ ਸੁਪਰਸਟਾਰ ਨੂੰ ਡਿਸਕ੍ਰਾਈਬ ਕਰਦੇ ਨੇ ਉਹਨਾਂ ਨੂੰ ਪਾਸ ਕਰਦੇ ਕਿ ਨਹੀਂ। ਤਿਆਰ ਚੱਲਦੇ ਇਹਨਾਂ ਨੂੰ ਮਿਲਦੇ ਆ। ਸੋਨੂ ਜੀ ਬਹੁਤ ਨਾਈਸ ਹੈ, ਉਹਨਾਂ ਨੇ ਸਾਡਾ ਸਾਰਾ ਘਰ ਸੰਭਾਲ ਕੇ ਰੱਖਿਆ ਹੋਇਆ, ਹਰ ਚੀਜ਼ ਦੀ ਚੰਗੀ ਜ਼ਿੰਮੇਵਾਰੀ ਲੈਂਦੀ ਹੈ। ਸ਼ੀ ਇਜ਼ ਵੈਰੀ ਨਾਈਸ ਲੇਡੀ। ਸੋਨੂ ਰਿਲੇਸ਼ਨ ਚ ਮੇਰੀ ਸਿਸਟਰ ਹੈ, ਪਰ ਸਿਸਟਰ ਘੱਟ, ਫਰੈਂਡ, ਮਦਰ ਸਭ ਕੁਝ ਹੈ। ਟਾਈਮ ਦੇ ਅਕੋਰਡਿੰਗ ਉਹੀ ਰੋਲ ਪਲੇ ਕਰਦੀ ਹੈ ਜਿਸ ਦੀ ਆਪਾਂ ਨੂੰ ਜ਼ਰੂਰਤ ਹੁੰਦੀ। ਅੱਜ ਮੇਰੇ ਮਦਰ ਸੁਪਰਸਟਾਰ ਨੂੰ ਬਣਿਆ ਐਂਡ ਮੇਰੇ ਤੋਂ ਜ਼ਿਆਦਾ ਹੈਪੀ ਇਸ ਲਈ ਕੋਈ ਨਹੀਂ ਹੋਣਾ। ਸੋਨੂ ਵੈਸੇ ਰਿਲੇਸ਼ਨ ਚ ਮੇਰੀ ਕੁਝ ਨਹੀਂ ਲੱਗਦੀ, ਬਟ ਮੇਰੀ ਸਭ ਕੁਝ ਹੈ। ਮੇਰੇ ਮਦਰ ਮੈਨੂੰ ਹਰ ਇੱਕ ਲਾਈਫ ਤੇ ਪੜਾਅ ਤੇ ਸਪੋਰਟ ਕਰਦੇ ਹੈ, ਗਾਈਡੈਂਸ ਦਿੰਦੇ ਕੀ ਚੰਗਾ ਮੇਰੇ ਲਈ ਕੀ ਮਾੜਾ ਹੈ। ਅਗਰ ਉਹ ਨਹੀਂ ਹੈ ਤਾਂ ਮੇਰੀ ਲਾਈਫ ਚ ਕੁਝ ਨਹੀਂ ਹੈ। ਮੈਨੂੰ ਮੇਰੀ ਲਾਈਫ ਚ ਕਈ ਅਪਸ ਐਂਡ ਡਾਊਨਸ ਆਏ, ਉਹਨੇ ਮੇਰੀ ਹਰ ਵਾਰੀ ਮੇਰੀ ਮਦਦ ਕੀਤੀ ਹੈ। ਮੈਂ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ। ਆਈ ਲਵ ਯੂ ਸੋ ਮਚ ਮਾਈ ਸਿਸਟਰ। ਮੇਰੇ ਲਈ ਉਹਨਾਂ ਤੋਂ ਬੈਸਟ ਮਮ ਕਦੀ ਹੋ ਹੀ ਨਹੀਂ ਸਕਦੀ ਸੀ, ਐਂਡ ਆਈ ਲਵ ਯੂ ਅਲੋਟ ਮਮ। ਆਪਣੇ ਪਰਿਵਾਰ ਨਾਲ ਮਿਲਾਓ, ਬੜਾ ਪਿਆਰਾ ਜਿਹਾ ਪਰਿਵਾਰ ਲੱਗ ਰਿਹਾ ਤੁਹਾਡਾ। ਬੱਚੇ ਬੜੇ ਪਿਆਰੇ ਪਿਆਰੇ ਬੈਠੇ ਹੋਏ ਹੈ। ਇਹ ਮੇਰੇ ਹਸਬੈਂਡ ਹੈ ਵਿਨੋਦ ਸਿੱਕਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹਨਾਂ ਦਾ ਮੈਡੀਸਨ ਦਾ ਕੰਮ ਹੈ। ਓਕੇ। ਇਹ ਮੇਰੇ ਮਦਰ ਇਨ ਲਾਓ ਜੀ ਹਰਜੀਤ ਸਿੱਕਾ ਜੀ। ਮੇਰੀ ਬੜੀ ਬੇਟੀ ਹਿਮਾਂਸ਼ਿਕਾ। ਸਤਿ ਸ਼੍ਰੀ ਅਕਾਲ। ਇਹ ਮੇਰਾ ਭਤੀਜਾ ਸਮੀਰ ਸਿੱਕਾ। ਹੈਲੋ ਜੀ। ਉਹ ਮੇਰੀ ਛੋਟੀ ਬੇਟੀ ਗਰਿਮਾ ਸਿੱਕਾ। ਹੈਲੋ। ਉਹ ਮੇਰਾ ਭਾਂਜਾ ਰਾਘਵ। ਹੈਲੋ। ਸਿਸਟਰ ਮੇਰੇ। ਹੈਲੋ। ਇਹ ਮੇਰੀ ਭਾਬੀ ਰੀਤੂ। ਸਤਿ ਸ਼੍ਰੀ ਅਕਾਲ ਜੀ। ਇਹ ਮੇਰਾ ਭਤੀਜਾ ਨਿਖਿਲ ਸਿੱਕਾ। ਹੈਲੋ ਜੀ। ਬਹੁਤ ਪਿਆਰੀ ਫੈਮਿਲੀ। ਅੱਛਾ, ਜਿਹੜੇ ਤੁਹਾਡੇ ਭਤੀਜੇ ਬੈਠੇ ਆ, ਇਹ ਆਪਸ ਚ ਸਕੇ ਭਰਾ ਨੇ? ਹਾਂਜੀ, ਬਾਏ ਬਲੱਡ ਆ ਨਹੀਂ ਸੀ ਬ੍ਰਦਰ। ਨਹੀਂ, ਮੇਰੇ ਕਹਿਣ ਦਾ ਮਤਲਬ ਹੈ ਕਿ ਭਤੀਜੇ ਕਿਸ ਰਿਸ਼ਤੇ ਨਾਲ? ਇਹ ਮੇਰੇ ਜਠਾਨੀ ਦੇ ਬੇਟੇ ਆ ਦੋਨੋਂ। ਓਕੇ ਓਕੇ। ਬੜੀ ਜਠਾਨੀ। ਮੈਨੂੰ ਲੱਗਦਾ ਹੈ ਤੁਹਾਡੇ ਪਰਿਵਾਰ ਦਾ ਸਭ ਤੋਂ ਰੌਣਕੀ ਮੈਂਬਰ ਹੈ। ਜੀ ਜੀ। ਇਹਨਾਂ ਤੋਂ ਇਲਾਵਾ ਤੁਹਾਡੇ? ਮੇਰਾ ਬੇਟਾ ਉਹ ਸੋ ਰਿਹਾ ਇਸ ਟਾਈਮ, ਕਿਉਂਕਿ ਉਹ ਕ੍ਰਿਕਟ ਦੀ ਕੋਚਿੰਗ ਤੇ ਜਾਂਦਾ। ਅੱਛਾ। ਫਿਰ ਸਵੇਰੇ ਉਹਨੇ 5 ਵਜੇ ਉੱਠਣਾ ਹੁੰਦਾ। ਅੱਛਾ, ਤੁਸੀਂ ਆਪਣੀ ਸ਼ਾਦੀ ਬਾਰੇ, ਆਪਣੇ ਵਿਆਹ ਬਾਰੇ ਮੈਨੂੰ ਥੋੜਾ ਕੁਝ ਦੱਸੋ ਕਿ ਵਿਆਹ ਕਦੋਂ ਹੋਇਆ, ਕਿਹੜੇ ਸਨ ਵਿੱਚ ਹੋਇਆ, ਉਸ ਤੋਂ ਬਾਅਦ ਅਸੀਂ ਗੱਲਾਂ ਬਾਤਾਂ ਹੋਰ ਅੱਗੇ ਵਧਾਉਂਦੇ ਹਾਂ। ਮੇਰੀ ਮੈਰਿਜ ਨੂੰ 21 ਸਾਲ ਹੋ ਗਏ। ਵਾਓ। 2001 ਚ ਹੋਈ ਸੀ ਮੈਰਿਜ ਮੇਰੀ ਜੀ। ਪਰ ਮੈਰਿਜ ਬੜੀ ਘੁੰਮ ਘੁਮਾ ਕੇ ਹੋਈ ਸੀ ਸਾਡੀ, ਕਿਉਂਕਿ ਇਹਨਾਂ ਦੇ ਮਾਮਾ ਜੀ ਦਾ ਬੇਟੇ ਦਾ ਰਿਸ਼ਤਾ ਮੇਰੇ ਮਾਮਾ ਜੀ ਦੀ ਬੇਟੀ ਲਈ ਗਿਆ ਸੀ। ਠੀਕ ਹੈ। ਔਰ ਉਹ ਕਟਪੜੇ ਹੋਏ ਸੀਗੇ ਇਹਨਾਂ ਦੇ ਮਾਮਾ ਜੀ ਦਾ ਬੇਟਾ। ਉਹ ਕਹਿੰਦੇ ਚਲੋ ਨਹੀਂ ਕਰਨਾ ਸੀ, ਉਹ ਕਹਿੰਦੇ ਨਹੀਂ, ਮੇਰੀ ਭੂਆ ਜੀ ਦਾ ਬੇਟਾ ਬੈਠਾ ਅੱਗੋਂ, ਉਹ ਪੜੇ ਹੋਏ ਹੈ, ਇਹਨਾਂ ਨੇ ਐਮਏ ਕੀਤੀ ਹੋਈ ਹੈ, ਉਹਨਾਂ ਦਾ ਰਿਸ਼ਤਾ ਇਹਨਾਂ ਲਈ ਆਇਆ। ਫਿਰ ਮੇਰੇ ਮਾਮਾ ਜੀ ਦੀ ਬੇਟੀ ਏਜ 'ਚ ਜ਼ਿਆਦਾ ਸੀ, ਉਹ ਕਹਿੰਦੇ ਮੇਰੇ ਬੂਆ ਜੀ ਦੀ ਬੇਟੀ ਬੈਠੀ ਹੈ, ਤੁਸੀਂ ਉੱਧਰ ਟਰਾਈ ਕਰ ਲਓ। ਫਿਰ ਚਲੋ ਸਾਡੀ ਆਪਸ 'ਚ ਗੱਲਬਾਤ ਹੋ ਗਈ, ਸਾਰਾ ਗੁਣ ਵਗੈਰਾ ਮਿਲ ਗਏ। ਫਿਰ ਦੇਖਣ ਆਏ ਇਹ, ਇੱਕ ਰੋ ਕਹਿ ਕੇ ਆਏ ਸੀ ਵੀ ਦੇਖੋ ਨਾ ਨਹੀਂ ਕਰਨੀ ਹੈਗੀ। ਨਜ਼ਰੇ ਮਿਲਤੇ ਹੀ ਨਜ਼ਰੋਂ ਸੇ ਨਜ਼ਰੋਂ ਕੋ ਚੁਰਾਏ। ਅੱਛਾ, ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗੀ ਕਿ ਕਰੋ ਕਿਉਂ ਡਿਸਾਈਡ ਕਰ ਲਿਆ ਸੀ ਕਿ ਨਾ ਨਹੀਂ ਕਰਨੀ ਹੈ, ਕੀ ਗੱਲ? ਕੋਈ ਨਹੀਂ ਹੋਈ ਇਸ ਤੋਂ ਟੈ ਕਾਲੀ ਵੀ ਨਹੀਂ ਜ਼ਿਆਦਾ ਵਿਆਹ ਦੀ, ਇਹ ਤਾਂ ਰਿੰਗ ਲੈ ਕੇ ਗਏ ਤੇ ਠਾਹ ਰਿੰਗ ਪਾਈ ਹੈ ਜੀ ਜਦੋਂ ਉੱਥੇ ਜਾ ਕੇ। ਸੋ ਮੈਂ ਤੁਹਾਡੀ ਸਾਸੂ ਮਾਂ ਤੋਂ ਜਾਨਣਾ ਚਾਹੂੰਗੀ ਕਿ ਐਸਾ ਕੀ ਤੁਹਾਨੂੰ ਸੋਨੂ ਦੇ ਵਿੱਚ ਜਦੋਂ ਤੁਸੀਂ ਉਹਨੂੰ ਦੇਖਿਆ ਕੀ ਪਸੰਦ ਆ ਗਿਆ ਸੀ? ਮੁੰਡਾ ਘਰੋਂ ਕਹਿ ਕੇ ਲੈ ਕੇ ਗਿਆ ਸੀ ਜੀ, ਤੁਸੀਂ ਹਾਂ ਹੀ ਕਰਕੇ ਆ ਰਹੇ ਹੋ, ਕਿੱਦਾਂ ਨਾ ਕਰ ਦਿੰਦੇ? ਅੱਛਾ, ਜਦੋਂ ਤੁਸੀਂ ਹੈਂਡਲੂਮ ਦਾ ਜਿਵੇਂ ਸਿਲਾਈ ਕਢਾਈ ਦਾ ਕਦੋਂ ਸਟਾਰਟ ਕੀਤਾ ਤੁਸੀਂ? ਨਹੀਂ, ਮੈਂ ਮੈਰਿਜ ਤੋਂ ਸਾਲ ਕੁ ਬਾਅਦ ਜਿਵੇਂ ਥੋੜਾ ਕਿੱਟੀਆਂ ਪਾਣੀਆਂ ਸ਼ੁਰੂ ਕਰਤੀਆਂ ਪਹਿਲਾਂ, ਫਿਰ ਮੈਂਬਰਸ ਬਣਨ ਲੱਗ ਗਏ, ਆਉਣ ਲੱਗ ਗਏ ਅੜੋਸੀ ਪੜੋਸੀ, ਫਿਰ ਹੌਲੀ ਹੌਲੀ ਮੈਂ ਹੈਂਡਲੂਮ ਦਾ ਕੰਮ ਸਟਾਰਟ ਕਰਤਾ, ਸੂਟਸ ਵਗੈਰਾ ਰੱਖਣ ਲੱਗ ਗਏ ਘਰੇ। ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਮਾਨਸ਼ਿਕਾ ਕਿ ਹਾਊਸ ਵਾਈਫ ਵੀ ਹੈ, ਤੁਹਾਡੇ ਮੰਮਾ ਨਾਲ ਨਾਲ ਕੰਮ ਵੀ ਕਰਦੇ ਆ, ਤੇ ਜਦੋਂ ਤੁਸੀਂ ਛੋਟੇ ਹੁੰਦੇ ਸੀਗੇ ਜਾਂ ਤੁਹਾਡੀ ਸਿਸਟਰ ਛੋਟੇ ਹੁੰਦੇ ਸੀਗੇ, ਉਦੋਂ ਤੁਸੀਂ ਕਿੱਦਾਂ ਮੈਨੇਜ ਕਰਦੇ ਸੀ? ਕਦੀ ਜ਼ਿੱਦ ਕੀਤੀ ਕਿ ਮੰਮਾ ਅੱਜ ਕੰਮ ਤੇ ਨਾ ਜਾਓ ਜਾਂ ਮੰਮਾ ਇਹ ਚੀਜ਼ ਸਾਈਡ ਕਰ ਦਿਓ, ਪਹਿਲੇ ਆਹ ਕਰੋ, ਮੇਰਾ ਕੰਮ ਕਰੋ? ਐਕਚੁਅਲੀ ਜ਼ਿੱਦ ਤਾਂ ਹੁਣ ਤੱਕ ਵੀ ਅਸੀਂ ਕਰ ਲਈਦੀ ਹੈ। ਹਾਂ, ਬਟ ਮੈਨੇਜ ਕਰ ਲਈਦਾ। ਜਿਵੇਂ ਮੰਮਾ ਸ਼ੋਪ ਤੇ ਜਾਂਦੇ ਸੀਗੇ ਤਾਂ ਮੈਨੂੰ ਡਰਾਈਵ ਕਰਨੀ ਆਉਂਦੀ ਹੈ, ਬ੍ਰਦਰ ਸਿਸਟਰ ਨੂੰ ਲੈ ਕੇ ਆਉਣਾ ਛੋੜ ਕੇ ਆਉਣਾ, ਤਾਂ ਮੈਨੇਜ ਕਰ ਲੈਂਦੇ ਸੀਗੇ। ਜ਼ਿੱਦ ਬੱਚੇ ਨਹੀਂ, ਚਾਚਾ ਜੀ ਜ਼ਿਆਦਾ ਕਰਦੇ ਸੀ ਸਾਡੇ, ਕਿਉਂਕਿ ਚਾਚਾ ਜੀ ਨੂੰ ਹਰ ਚੀਜ਼ ਵਾਸਤੇ ਸੋਨੂ ਕਿੱਥੇ ਹੈ, ਸੋਨੂ ਕਿੱਥੇ ਹੈ, ਸੋਨੂ ਨੂੰ ਪੁੱਛ ਲਓ ਕਿੱਥੇ, ਮੈਨੂੰ ਨਹੀਂ ਪਤਾ।
वैसे मैनू ऐदा लगता है कि तुहाडे पूरे परिवार की जिहड़ी जान है ये तुहाडे देवर जी का बेटा है ते कदी आपस दे विच सारे बच्चे लड़दे भी ने क्योंकि मेरा और इहदा तां बहुत वड्डा छत्ती दा आंकड़ा है लगा लो तुसीं कौना चल जांदियां ने कदी कदी तां अज दी साडी सुपरस्टार नू है सोनू सिक्का जी सो हुण तुहाडे पहले इम्तिहान दी घड़ी दा समां आ गया यानी कि साडी पहली गेम दा समां हो गया जिसका नाम है नू साड़ी सुपरस्टार देसी कलाकार ते यही राउंड जड़ा होएगा मैनू एक स्टेप अगे वधाएगा ये डिसाइड कर ले कि ये साड़े जड़े सुपरस्टार हैगे ने ये देसी कलाकार है या नहीं ठीक है सो गेम दे रूल्स बड़े ही ज्यादा सिंपल है कि मैं कुछ शब्द इत्थे लिखूंगी सोनू जी वो नहीं देख सकते और शब्द किसी भी सिटी किसी भी परसन कोई भी नाम कुछ भी हो सकता है किसी चीज़ का नाम हो सकता है मैं वो तुहानू शब्द लिख के दिखाऊंगी ਤੁਸੀਂ ਉਸਦਾ ਇਸ਼ਾਰਾ ਕਰਕੇ ਸੋਨੂ ਜੀ ਨੂੰ ਉਹ ਸ਼ਬਦ ਸਮਝਾਣਾ ਹੈ ਸੋਨੂ ਜੀ ਨੇ ਉਹ ਸਾਰੇ ਕਲੂ ਅਗਰ ਸਹੀ ਸਹੀ ਗੈਸ ਕਰ ਲਏ ਤਾਂ ਉਹ ਬਣ ਜਾਣਗੇ ਸਾਡੇ ਦੇਸੀ ਕਲਾਕਾਰ ਸੋ ਤੁਹਾਡਾ ਪਹਿਲਾ ਕਲੂ ਹੈ ਜੀ ਸੋਨੂ ਜੀ ਚੀਟਿੰਗ ਨਹੀਂ ਕਰਨੀ ਹੈ ਥੋੜੀ ਜੀ ਕਰਨੀ ਨੋ ਜੀ ਨੋ सोनू जी का पहला शब्द थी गोवा सो अगला शब्द है एक क्लू है जेड़ा तुसी पूरा का पूरा गैस करना है रेडियो जी दिखा था नहीं किसी थोड़ा थोड़ा मंगते मंगते ने जी अमिताभ बच्चन अमिताभ बच्चन खुदा गवाह हाँ छोटा अमिताभ बच्चन हाँ छोटा माँ बेटा हाँ हाँ सास सास बहू पहला 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 क्लू ए देगा बोलना नहीं जी अच्छा अमिताभ बच्चन हाँ दो सास बहू अमिताभ बच्चन बहू ऐश्वर्या एक मिनट हल्ले भी मेरा क्लू पूरा नहीं होया हाँ ऐश्वर्या बच्चन अगला क्लू जी अगला क्लू है जी अगला क्लू वाकई थोड़ा फनी होने वाला जय जी थोड़ी एक्टिंग है उस अकॉर्डिंग पानी तैरना डुबना मैं इन्ना हिंट दे रही हूँ चलो बहुत पुरानी चीज है बहुत पुराना एक जानवर है पुराना जानवर हाथी बड़ा सारा गर्दन बड़ी जिराफ नहीं डेल्टा ਉਹ ਹੁਣ ਨਹੀਂ ਹੈਗਾ ਇੱਕ ਹੋਰ ਹਿੰਟ ਦੇ ਦਿੰਦਾ ਤੁਹਾਨੂੰ ਚਲੋ ਮੈਂ ਨਹੀਂ ਸਾਡੇ ਲਈ ਤਾਂ ਹੈਗਾ ਮੈਂ ਕਹਿੰਦੀ ਕਰ ਦੋ ਕੁਇਕ ਡਾਇਨਾਸੌਰ ਯਾਰ ਰੋਜ਼ ਕਹਿੰਦੀ ਤੂੰ ਉਹਨੂੰ ਡਾਇਨਾਸੌਰ ਮੈਂ ਕੋਈ ਨਹੀਂ ਨਾ ਕਹਿੰਦੀ ਪਰ ਮੈਨੂੰ ਇੱਕ ਚੀਜ਼ ਦੱਸੋ ਇਹ ਵਾਲਾ ਡਾਇਨਾਸੌਰ ਕਿਹੜਾ ਹੁੰਦਾ ਉਹ ਗਰਦਨ ਲੰਬੀ
ਔਖਾ ਵੀ ਹੋ ਸਕਦਾ ਸ਼ਾਇਦ ਸੌਖਾ ਵੀ ਹੋਵੇ ਚਾਏ ਸੋਨੂ ਜੀ ਇੱਥੇ ਇਹ ਜਿਹੜਾ ਰਾਊਂਡ ਸੀ ਨੂੰ ਸਾਡੀ ਸੁਪਰ ਸਟਾਰ ਦੇਸੀ ਕਲਾਕਾਰ ਕੰਪਲੀਟ ਹੁੰਦਾ ਤੇ ਤੁਹਾਡੇ ਪਰਿਵਾਰ ਨੇ ਇੰਨਾ ਹਸਾਇਆ ਇੰਨਾ ਮਜ਼ਾ ਆਇਆ ਕਿ ਜਿਹੜਾ ਤੁਸੀਂ ਇੱਕ ਕਲੂ ਗੈਸ ਨਹੀਂ ਕਰ ਪਾਏ ਉਹ ਤੁਹਾਨੂੰ ਮਾਫ ਕਰ ਦਿਆ ਤੁਹਾਡੇ ਆਪਣੇ ਬੇਟੇ ਦਾ ਨਾਮ ਕੀ ਆਰਵ ਸਿੱਖਤਾ ਅੱਛਾ ਰਾਘਵ ਤੇ ਆਰਵ ਜਦੋਂ ਇਕੱਠੇ ਹੁੰਦੇ ਆ ਤੇ ਇਹਨਾਂ ਦੀ ਆਪਸ ਵਿੱਚ ਬੌਂਡਿੰਗ ਕਿੱਦਾਂ ਦੀ ਹੈ ਦੇਖੋ ਬੱਚਿਆਂ ਦੀ ਸਾਡੇ ਸਾਰਿਆਂ ਦੀ ਬੌਂਡਿੰਗ ਬਹੁਤ ਜ਼ਿਆਦਾ ਇਹ ਤਾਂ ਚਾਹੁੰਦੇ ਆ ਵੀ ਜਾਂ ਤਾਂ ਮੇਰੀ ਸਿਸਟਰ ਦੇ ਬੱਚੇ ਇੱਥੇ ਰਹਿਣ ਜਾਂ ਸਾਡੇ ਬੱਚੇ ਉੱਥੇ ਰਹਿਣ ਕਿਉਂਕਿ ਲੋਕਡਾਊਨ ਨੇ ਕੁਛ ਜ਼ਿਆਦਾ ਹੀ ਵਿਗਾੜਤੇ ਬੱਚੇ ਲੋਕਡਾਊਨ ਸੀ ਬੱਚੇ ਮਹੀਨਾ ਮਹੀਨਾ ਵੀ ਇਕੱਠੇ ਰਹੇ ਹੈ ਔਰ ਇਕੱਠੇ ਰਹਿਣਾ ਖਾਣਾ ਪੀਣਾ ਸਾਰੀ ਰਾਤ ਜਾਗਣਾ ਦਿਨ ਨੂੰ ਸੁੱਤੇ ਰਹਿਣਾ ਔਰ ਬੌਂਡਿੰਗ ਹੋਰ ਵੀ ਜ਼ਿਆਦਾ ਅੱਛੀ ਹੋ ਗਈ ਇਹਨਾਂ ਵਿੱਚ ਅੱਛਾ ਸੋਨੂ ਜੀ ਤੁਹਾਡੇ ਭਾਬੀ ਜੀ ਬੈਠੇ ਨੇ ਮੈਨੂੰ ਇਹਨਾਂ ਬਾਰੇ ਵੀ ਥੋੜਾ ਕੁਛ ਦੱਸੋ ਇਹ ਮੇਰੇ ਚਾਚਾ ਜੀ ਦੀ ਨੂੰਹ ਹੈ ਅੱਛਾ ਔਰ ਸਾਡੀ ਬਹੁਤ ਜ਼ਿਆਦਾ ਬੌਂਡਿੰਗ ਹੈ ਮੇਰੇ ਜਿਹੜੇ ਰੀਅਲ ਬ੍ਰਦਰ ਭਾਬੀ ਹੈ ਉਹ ਯੂਕੇ ਚ ਰਹਿੰਦੇ ਹੈ ਅੱਛਾ ਪਿਆਰ ਮੇਰਾ ਉਹਨਾਂ ਨਾਲ ਬਹੁਤ ਜ਼ਿਆਦਾ ਪਰ ਇਹ ਚਲੋ ਕਲੋਜ਼ ਹੈ ਕੋਲ ਰਹਿੰਦੇ ਹੈ ਤਾਂ ਦੇਖੋ ਜ਼ਿਆਦਾ ਪਿਆਰ ਹੋ ਜਾਂਦਾ ਹੈ ਅਤੇ ਨਾਭੇ ਵੀ ਜਾਣਾ ਜ਼ਿਆਦਾ ਇਹਨਾਂ ਦੇ ਘਰ ਹੀ ਰੁਕਦੇ ਹਾਂ ਅਸੀਂ ਨਾਭੇ ਤੁਹਾਡੇ ਪੇਕੇ ਨਹੀਂ ਨਹੀਂ ਨਾਭੇ ਮੇਰੀ ਸਿਸਟਰ ਔਰ ਭਾਬੀ ਰਹਿੰਦੇ ਹੈ ਇਹ ਔਰ ਪੇਕੇ ਮੇਰੇ ਕੋਟਕਪੂਰੇ ਹੈ ਉੱਥੇ ਮੰਮੀ ਪਾਪਾ ਹੈ ਅੱਛਾ ਮੈਂ ਹੁਣ ਤੁਹਾਡੀ ਸਿਸਟਰ ਨਾਲ ਗੱਲਬਾਤ ਕਰਨਾ ਚਾਹੂੰਗੀ ਕਿ ਤੁਸੀਂ ਆਪ ਇੱਕੋ ਹੀ ਜਗ੍ਹਾ ਤੋਂ ਆਉਂਦੇ ਹੋ ਤੇ ਤੁਹਾਡੀ ਤਾਂ ਬੌਂਡਿੰਗ ਫਿਰ ਆਈ ਥਿੰਕ ਇਹਨਾਂ ਨਾਲੋਂ ਵੀ ਜ਼ਿਆਦਾ ਆਪਸ ਦੇ ਵਿੱਚ ਹੋਈ ਸਾਡੀ ਬੌਂਡਿੰਗ ਤਾਂ ਬਹੁਤ ਜ਼ਿਆਦਾ ਤੁਸੀਂ ਆਪਣੀ ਫਰੈਂਡਸ਼ਿਪ ਦੇ ਇੰਨੇ ਜ਼ਿਕਰ ਕਰ ਰਹੇ ਹੋ ਤੇ ਮੈਨੂੰ ਕੋਈ ਕਿੱਸਾ ਤਾਂ ਸੁਣਾਓ ਕੋਈ ਇਹੋ ਜਿਹੀ ਯਾਦਗਾਰ ਮੂਮੈਂਟ ਤੁਹਾਡੀ ਤਿੱਕੜੀ ਦਾ ਕੋਈ ਸੀਕਰੇਟ ਹੋਵੇ ਅੱਜ ਰਿਵੀਲ ਕਰ ਦੋ ਫਿਰ ਉਹ ਕਿੱਸਾ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ ਅਸੀਂ ਕਿਸੇ ਜਾਗਰਣ ਤੇ ਜਾਣਾ ਸੀ ਜੀ ਅਸੀਂ ਤਿੰਨੋਂ ਨੇ ਸੇਮ ਡਰੈਸਿਸ ਜੀ ਔਰ ਸੇਮ ਮਤਲਬ ਜੁਐਲਰੀ ਸਭ ਕੁਝ ਸੇਮ ਵੇਅਰ ਕਰਕੇ ਗਏ ਅੱਛਾ ਤਾਂ ਮਤਲਬ ਜੋ ਉੱਥੇ ਮੇਨ ਸਿੰਗਰਸ ਜਾਂ ਜੋ ਵੀ ਉੱਥੇ ਮੇਨ ਸੀ ਤਾਂ ਉਹਨਾਂ ਨੇ ਸਪੈਸ਼ਲ ਸਾਨੂੰ ਖੜੇ ਹੋ ਕੇ ਮਤਲਬ ਸਲੂਟ ਕੀਤਾ ਕਿ ਮਤਲਬ ਪੂਰੇ ਇੰਨੇ ਪਰਸਨ ਦੇ ਵਿੱਚ ਮਤਲਬ ਕੋਈ ਵੀ ਹੈ ਜੋ ਇਸ ਤਰ੍ਹਾਂ ਦਾ ਨਹੀਂ ਕਰਕੇ ਆਇਆ ਜੋ ਤੁਸੀਂ ਮਤਲਬ ਦਿਨ ਔਰ ਅਸੀਂ ਕਿਤੇ ਵੀ ਬਾਹਰ ਜਾਣਾ ਅਸੀਂ ਤਿੰਨਾਂ ਨੇ ਸੇਮ ਡਰੈਸਿਸ ਲੈਣੀ ਹੈ ਸੇਮ ਜੁਐਲਰੀ ਸਭ ਕੁਝ ਸੇਮ ਵੇਅਰ ਕਰਨਾ ਇਵਨ ਕਿ ਅਸੀਂ ਅਗਰ ਆਪਣੇ ਘਰ ਕੋਈ ਫੰਕਸ਼ਨ ਕਰਨਾ ਜਾਂ ਛੋਟੀ ਮੋਟੀ ਵੈਸੇ ਵੀ ਗੈਟ ਟੂਗੈਦਰ ਕਰਨੀ ਹੈ ਤਾਂ ਇੱਕ ਦੂਸਰੇ ਨੂੰ ਪੁੱਛਣਾ ਮਤਲਬ ਸਾਡੇ ਹਸਬੈਂਡਸ ਨੂੰ ਵੀ ਕੁਝ ਨਹੀਂ ਪਤਾ ਹੁੰਦਾ ਵੀ ਇਹਨਾਂ ਨੇ ਸ਼ਾਮ ਨੂੰ ਕੀ ਧਮਾਕਾ ਕਰ ਦੇਣਾ ਮੇਰੀ ਸਿਸਟਰ ਜ਼ਰੂਰ ਹੈ ਰਿਲੇਸ਼ਨ ਦੇ ਵਿੱਚ ਪਰ ਇਹਨਾਂ ਨੇ ਰੋਲ ਹਮੇਸ਼ਾ ਮੇਰੀ ਮਦਰ ਦਾ ਹੀ ਪਲੇ ਕੀਤਾ ਕੋਈ ਵੀ ਜ਼ਰੂਰਤ ਸਾਨੂੰ ਅਗਰ ਕੁਝ ਵੀ ਸਾਨੂੰ ਪ੍ਰੋਬਲਮ ਹੈ ਤਾਂ ਅਸੀਂ ਇਹਨਾਂ ਨਾਲ ਹੀ ਸ਼ੇਅਰ ਕੀਤਾ ਐਸੀ ਬੌਂਡਿੰਗ ਮਤਲਬ ਕਦੇ ਦੇਖੀ ਨਹੀਂ ਹੈ ਜੋ ਸਾਡੀ ਆਪਸ ਚ ਮਤਲਬ ਐਕਚੁਅਲ ਚ ਇਹਦੀ ਨੇਚਰ ਇਦਾਂ ਦੀ ਹੈ ਨਾ ਕਿ ਅਗਰ ਬਾਈ ਚਾਂਸ ਮੈਨੂੰ ਕੋਈ ਪ੍ਰੋਬਲਮ ਆ ਰਹੀ ਹੈ ਨਾ ਇਹਨੇ ਫੇਸ ਰੀਡਿੰਗ ਤੋਂ ਪਤਾ ਕਰ ਲੈਣਾ ਕਿ ਲੈ ਭਾਬੀ ਨੂੰ ਹੁਣੇ ਪ੍ਰੋਬਲਮ ਆ ਗਈ ਇਹਨੇ ਚੁੱਪ ਕਰਕੇ ਆ ਕੇ ਮੈਨੂੰ ਅੰਦਰੋਂ ਅੰਦਰ ਭਾਬੀ ਤੂੰ ਬੇਫਿਕਰ ਹੋ ਜਾ ਇੰਤਜ਼ਾਮ ਹੋ ਗਿਆ ਅੱਛਾ ਇੱਥੇ ਫਿਰ ਮੈਂ ਦੇਖ ਪਾ ਰਹੀ ਹਾਂ ਕਿ ਬਹੁਤ ਜ਼ਿਆਦਾ ਕੰਟਰੋਲ ਕਰ ਰਹੇ ਨੇ ਸਾਡੇ ਦੇ ਰਿਲੇਸ਼ਨ ਦਾ ਦੱਸਤਾ ਸਾਡੇ ਚਾਚਾ ਜੀ ਦਾ ਆਪਣੇ ਫਾਦਰ ਇਨ ਲੋ ਡੈਡੀ ਡੈਡੀ ਜੀ ਨਾਲ ਬਹੁਤ ਜ਼ਿਆਦਾ ਪਿਆਰ ਹੈ ਡੈਡੀ ਜੀ ਜਦੋਂ ਆ ਜਾਂਦੇ ਨਾ ਚਾਚੀ ਜੀ ਅੰਕਲ ਆ ਰਿਹਾ ਚਲੋ ਚਾਚਾ ਜੀ ਡੈਡੀ 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 ਇਹਨੇ ਖਾਈ ਜਾਣੀ ਹੈ ਕਈ ਵਾਰ ਤਾਂ ਮੇਰੇ ਡੈਡੀ ਦੇ ਸਾਹਮਣੇ ਗੋਮੇ ਡੈਡੀ ਕਹਿੰਦੇ ਕੀ ਕਹਿੰਦਾ ਇਹ ਮੈਂ ਕਿਹਾ ਬਸ ਤੁਸੀਂ ਸਮਝ ਨਹੀਂ ਸਕਦੇ ਵੀ ਇਹ ਕੀ ਕਹਿੰਦਾ ਇਹ ਛੇੜਦਾ ਮੈਂ ਕਹਿੰਦਾ ਨਾ ਐਕਚੁਅਲੀ ਉਹ ਥੋੜੇ ਸਟ੍ਰਿਕਟ ਮਤਲਬ ਬਿਹੇਵੀਅਰ ਦੇ ਹੈ ਮੀਨਸ ਉਹਨਾਂ ਨੂੰ ਨਾ ਕੁਝ ਐਸਾ ਮਤਲਬ ਮਜ਼ਾਕ ਵਗੈਰਾ ਥੋੜਾ ਸਾਰੇ ਉਹਨਾਂ ਨਾਲ ਨਾਰਮਲੀ ਕਰਦੇ ਆ ਦੈਟਸ ਵਾਈ ਇਹ ਛੇੜਦਾ ਫਿਰ ਪਾਪਾ ਨੂੰ ਸਟ੍ਰਿਕਟ ਜ਼ਰੂਰ ਹੈ ਪਰ ਉਹ ਰੋਕ ਟੋਕ ਨਹੀਂ ਕਰਦੇ ਤੇ ਤੁਹਾਡੇ ਮਦਰ ਦੀ ਮੈਂ ਗੱਲ ਕਰਾਂ ਤਾਂ ਉਹਨਾਂ ਦਾ ਸੁਭਾਅ ਕਿੱਦਾਂ ਦਾ ਉਹ ਕੂਲ ਹੈ ਥੋੜੇ ਜਿਹੇ ਤੇ ਫਿਰ ਤੁਸੀਂ ਸਾਸੂ ਮਾਂ ਨਾਲ ਤਾਂ ਕਰਦੇ ਹੋਵੋਗੇ ਥੋੜਾ ਜਵਾਈਆਂ ਵਾਲਾ ਬਿਹੇਵੀਅਰ ਨਹੀਂ ਮੇਰਾ ਹੀ ਉਹਨਾਂ ਨਾਲ ਕਾਫੀ ਅੱਛੀ ਬੌਂਡਿੰਗ ਹੈ ਜਦ ਮੇਰੇ ਸਾਡਾ ਆਪਸ ਵਿੱਚ ਕਦੀ ਝਗੜਾ ਹੋਵੇ ਤਾਂ ਮੇਰੀ ਉਹਨਾਂ ਨਾਲ ਹੀ ਗੱਲਬਾਤ ਹੁੰਦੀ ਹੈ ਕਿਉਂਕਿ ਉਹ ਇਹਨਾਂ ਨਾਲ ਸਾਈਡ ਹੀ ਲੈਂਦੇ ਆ ਨਾ ਮੇਰਾ ਜਵਾਈ ਬੜਾ ਭੋਲਾ ਪੰਛੀ ਹੈ ਜੋ ਹੈ ਜਵਾਈ ਇਹ ਤਾਂ ਸਾਂਢ ਥੋੜੇ ਟਾਈਮ ਤੱਕ ਹੋ ਜਾਂਦੀ ਹੈ ਮੇਰੇ ਹਸਬੈਂਡ ਨੇ ਕਿਹਾ ਇਸ ਤਰ੍ਹਾਂ ਅਸੀਂ ਹੋਸਪਿਟਲ ਲੈ ਕੇ ਆਏ ਆ ਇਹਨਾਂ ਨੇ ਕਿਹਾ ਵੀ ਉਹਨਾਂ ਨੇ ਐਡਮਿਟ ਕਰ ਲਿਆ ਬਲੱਡ ਕਾਫੀ ਘੱਟ ਗਿਆ ਇਹ ਉਸੇ ਟਾਈਮ ਹੀ ਆ ਗਏ ਚਲੋ ਥੋੜਾ ਮੈਂ ਵੀ ਠੀਕ ਫੀਲ ਕਰਨ ਲੱਗ ਗਈ
ਤਾਂ ਉੱਥੇ ਵੀ ਰੀਲਸ ਬਣਦੀਆਂ। ਉਹ ਹਸਪੀਟਲ ਵਾਲੇ ਕਹਿ ਪਹਿਲਾਂ ਉਹਨਾਂ ਨੇ ਸਾਨੂੰ ਜਨਰਲ ਰੂਮ ਦਿੱਤਾ ਸੀ, ਇਹਨਾਂ ਨੇ ਸ਼ੋਰ ਬਹੁਤ ਜ਼ਿਆਦਾ ਪਾਇਆ। ਉਹ ਕਹਿੰਦੇ ਵੀ ਅਸੀਂ ਖਾਲੀ ਕਰਵਾ ਕੇ ਦੇ ਦਿੰਦੇ ਪਰ ਤੂੰ ਸਪੈਸ਼ਲ 'ਚ ਚਲੇ ਜਾ, ਅਸੀਂ ਤਾਂ ਜਨਰਲ 'ਚ ਨਹੀਂ ਰੱਖਣਾ ਗਾ ਕਹਿੰਦੇ। ਡਿਸਟਰਬੈਂਸ ਬਹੁਤ ਹੋ ਰਹੀ। ਤੁਹਾਡੇ ਪਰਿਵਾਰ ਨੂੰ ਮੈਂ ਜਾਣ ਚੁੱਕੀ ਹਾਂ ਲਗਭਗ, ਲੇਕਿਨ ਹਲੇ ਵੀ ਥੋੜ੍ਹਾ ਇਹਨਾਂ ਨੂੰ ਜਾਣਨਾ ਬਾਕੀ ਹੈ। ਹੁਣ ਮੈਂ ਆਈ ਹੋਈ ਹਾਂ ਅਤੇ ਚਿਹਰੇ ਪੜ੍ਹਨੇ ਵੀ ਮੈਂ ਸਿੱਖ ਲਵਾਂ, ਕਿਉਂਕਿ ਮੈਂ ਵੀ ਸਹੁਰੇ ਘਰੇ ਜਾਣਾ ਅਤੇ ਜਾ ਕੇ ਮੈਨੂੰ ਪਤਾ ਲੱਗ ਜੂਗਾ ਨਾ ਕਿ ਕਿਹੜਾ ਕਿੱਦਾਂ ਦਾ ਹੁੰਦਾ। ਸੋ ਮੈਂ ਤੁਹਾਨੂੰ ਕੁਛ ਸ਼ਬਦ ਦਊਂਗੀ, ਉਹ ਸ਼ਬਦ ਕਿਉਂਕਿ ਤੁਹਾਡਾ ਕੰਮ ਜਿਹੜਾ ਸਿਲਾਈ ਕਢਾਈ ਦਾ ਤੁਹਾਡਾ ਆਪਣਾ ਕੰਮ ਹੈਗਾ, ਸੋ ਉਹਦੇ ਅਕੋਰਡਿੰਗ ਹੀ ਕੁਛ ਸ਼ਬਦ ਹੋਣਗੇ। ਤੁਸੀਂ ਜਿਹੜੇ ਪਰਿਵਾਰਕ ਮੈਂਬਰ ਤੁਹਾਡੇ ਇੱਥੇ ਬੈਠੇ ਹੋਏ ਨੇ, ਉਹ ਸ਼ਬਦ ਤੁਹਾਡੇ ਪਰਿਵਾਰਕ ਮੈਂਬਰ ਇੱਥੇ ਸਭ ਤੋਂ ਜ਼ਿਆਦਾ ਟੁੱਕਦਾ, ਤੁਸੀਂ ਉਹ ਸ਼ਬਦ ਉਹਨੂੰ ਡੈਡੀਕੇਟ ਕਰ ਦੇਣਾ। ਸੋ ਤੁਹਾਡਾ ਪਹਿਲਾ ਸ਼ਬਦ ਹੈ ਜੀ ਸੂਈ, ਯਾਨੀ ਕਿ ਤਿੱਖਾ ਕੌਣ ਹੈ ਸਭ ਤੋਂ ਜ਼ਿਆਦਾ ਇਹਨਾਂ ਸਾਰਿਆਂ ਚੋਂ? ਤਿੱਖੀ ਮੇਰੀ ਗਰਿਮਾ। ਸੋ ਬਾਕੀ ਪਰਿਵਾਰਕ ਮੈਂਬਰ ਸਹਿਮਤ ਹੈ ਕਿ ਗਰਿਮਾ ਤਿੱਖੀ ਹੈ? ਬਹੁਤ ਜ਼ਿਆਦਾ, ਸਭ ਤੋਂ ਜ਼ਿਆਦਾ ਦੇਖ ਲਓ, ਉਹ ਸਹਿਮਤ ਹੋ ਰਹੇ ਨੇ। ਸੋ ਅਗਲਾ ਸ਼ਬਦ ਹੈ ਜੀ ਧਾਗਾ, ਜਿਹੜਾ ਪਰਿਵਾਰ ਨੂੰ ਐਨ ਬੱਚਿਆਂ ਨੂੰ ਹਰ ਕਿਸੇ ਨੂੰ ਇੱਕ ਪਿਰੋ ਕੇ ਰੱਖਦਾ, ਜੋੜ ਕੇ ਰੱਖਦਾ। ਮੇਰੀ ਸਿਸਟਰ ਨੂਰੀ। ਹਾਊ ਸਵੀਟ, ਵੈਸੇ ਮੈਂ ਅੰਦਾਜ਼ਾ ਲਗਾ ਹੀ ਲਿਆ ਸੀ। ਸੋ ਅਗਲਾ ਸ਼ਬਦ ਹੈ ਜੀ ਸਿਲਕ, ਯਾਨੀ ਕਿ ਸਿਲਕ ਵਾਂਗੂ ਹਮੇਸ਼ਾ ਟਿਪ ਟੋਪ ਤਿਆਰ, ਪੂਰਾ ਚਮਕਿਆ ਪਿਆ ਪੂਰਾ। ਹਿਮਾਂਸ਼ਿਕਾ। ਅਗਲਾ ਸ਼ਬਦ ਹੈ ਜੀ ਕੋਟਨ, ਯਾਨੀ ਕਿ ਰੂਮ, ਜਿਹੜਾ ਰੂਮ ਵਾਂਗੂ ਦਿਲ ਦਾ ਬੜਾ ਹੀ ਸੋਫਟ ਜਿਹਾ, ਹਰ ਗੱਲ ਦਿਲ ਤੇ ਲਗਾ ਲੈਂਦਾ। ਮੇਰੇ ਹਸਬੈਂਡ ਛੋਟੇ ਛੋਟੇ ਗੱਲਾਂ ਨੂੰ ਦਿਲ ਤੇ ਲਾ ਲੈਂਦੇ ਆ ਜੀ। ਪੋਲਾ ਪੋਲਾ। ਸੋ ਅਗਲਾ ਸ਼ਬਦ ਹੈ ਜੀ ਸ਼ੋਲ, ਯਾਨੀ ਕਿ ਦੂਜੇ ਦੀ ਗਲਤੀ ਤੇ ਪਰਦਾ ਪਾ ਦੇਣਾ, ਜਾਂ ਦੂਜੇ ਦਾ ਭੇਤ, ਦੂਜੇ ਦਾ ਸੀਕ੍ਰੇਟ ਢੱਕ ਦੇਣਾ। ਸਮੀਰ। ਥੈਂਕ ਯੂ, ਸ਼ੁਕਰੀਆ, ਮਿਹਰਬਾਨੀ, ਤਾੜੀਆਂ ਵਜਾਉਣੀਆਂ ਨਹੀਂ। ਤੁਹਾਡੇ ਪਰਿਵਾਰਕ ਮੈਂਬਰ ਸਾਰੇ ਬੜਾ ਬੋਲਦੇ ਨੇ, ਸਾਰਿਆਂ ਦੀ ਕੈਂਸੀ ਵਾਂਗ ਜ਼ਬਾਨ ਚਲਦੀ ਹੈ, ਖਾਸ ਤੌਰ ਤੇ ਇਹਨਾਂ ਦੀ। ਸਮੀਰ, ਮੈਂ ਤਾਂ ਜੀ ਸ਼ਰੀਫ ਆਈ ਬੋਲਦੇ। ਸੋ ਕੈਂਚੀ ਵਰਗੀ ਜ਼ਬਾਨ ਜਿਹਦੀ ਚਲਦੀ ਹੋਵੇ, ਉਹਦੀ ਜ਼ਬਾਨ ਨੂੰ ਥੋੜਾ ਅਟਕਾਉਣ ਦਾ ਮੇਰੇ ਕੋਲ ਨਾ ਇੱਕ ਤਰੀਕਾ, ਉਹ ਹੈਗਾ ਜੀ ਟੰਗ ਟਵਿਸਟਰ। ਜਿਹਨਾਂ ਨੂੰ ਨਹੀਂ ਪਤਾ ਟੰਗ ਟਵਿਸਟਰ ਕੀ ਹੁੰਦਾ ਹੈ, ਮਤਲਬ ਕਿ ਕੋਈ ਐਸਾ ਸੈਂਟੈਂਸ ਮੈਂ ਬੋਲੂੰਗੀ ਜਿਹਦੇ ਸ਼ਬਦ ਜਿਹੜੇ ਟੇਢੇ ਮੇਢੇ ਜਾਂ ਥੋੜੇ ਜ਼ੁਬਾਨ ਨੂੰ ਅਟਕਾਉਣ ਵਾਲੇ ਹੋਣਗੇ, ਤੇ ਉਹ ਸੈਂਟੈਂਸ ਤੁਸੀਂ ਪਹਿਲਾਂ ਆਪ 5 ਵਾਰੀ ਮੈਨੂੰ ਬੋਲ ਕੇ ਸੁਣਾਉਣਾ ਹੈ, ਤੇ ਬਾਅਦ ਚ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਚੋਂ ਜਿਹਨੂੰ ਮਰਜ਼ੀ ਤੁਸੀਂ ਚਾਹੋ ਬੁਲਵਾ ਸਕਦੇ ਹੋ। ਸੋ ਟੰਗ ਟਵਿਸਟਰ ਹੈਗਾ ਜੀ ਕੱਚੀ ਰੋਟੀ ਖਾ ਕੇ ਰੋਂਦੀ, ਰੋਟੀ ਖਾ ਕੇ ਕੱਚੀ ਰੋਂਦੀ। ਕੱਚੀ ਰੋਟੀ ਖਾ ਕੇ ਰੋਂਦੀ, ਰੋਟੀ ਕੱਚੀ, ਰੋਟੀ ਖਾ ਕੇ ਕੱਚੀ ਰੋਂਦੀ। ਇਹ ਤੁਹਾਡੀ ਹੈਲਪ ਕੀਤੀ ਗਈ, ਤੁਹਾਨੂੰ ਦੁਬਾਰਾ ਬੋਲਣਾ ਪਏਗਾ। ਕੱਚੀ ਰੋਟੀ ਖਾ ਕੇ ਰੋਂਦੀ, ਰੋਟੀ ਕੱਚੀ ਖਾ ਕੇ। ਤੁਸੀਂ ਜਲਦੀ ਜਲਦੀ ਬੋਲੋ। ਕੱਚੀ ਰੋਟੀ ਖਾ ਕੇ ਰੋਂਦੀ, ਰੋਟੀ ਖਾ ਕੇ ਕੱਚੀ ਰੋਂਦੀ। ਕੱਚੀ ਰੋਟੀ ਖਾ ਕੇ ਰੋਂਦੀ, ਰੋਟੀ ਕੱਚੀ ਖਾ ਕੇ। ਨਹੀਂ, ਗਲਤ ਹੋ ਗਿਆ ਫਿਰ ਸੇ। ਸੋ ਮੈਨੂੰ ਲੱਗਦਾ ਹੈ ਕਿ ਤੁਸੀਂ ਹਾਰ ਗਏ ਹੋ, ਤੇ ਹੁਣ ਅੱਗੇ ਪਾਸ ਕਰ ਦੋ। ਤੁਹਾਨੂੰ ਕੌਣ ਲੱਗਦਾ ਹੈ ਕਿ ਇਹਦਾ? ਸਮੀਰ ਜੀ ਬੋਲੋ ਤੁਸੀਂ। ਕੱਚੀ ਰੋਟੀ ਖਾ ਕੇ ਰੋਂਦੀ, ਰੋਂਦੀ ਕੱਚੀ ਰੋਟੀ ਸੋਂਦੀ। ਲੱਲਾ ਬੱਬਾ ਖਾ ਖਾ ਖਾ। ਸੋ ਤੁਹਾਡੀ ਵਾਰੀ ਹੈ ਜੀ ਹੁਣ। ਕੱਚੀ ਰੋਟੀ ਖਾ ਕੇ ਰੋਂਦੀ, ਰੋਂਦੀ ਖਾ ਕੇ ਕੱਚੀ ਰੋਟੀ। ਕੱਚੀ ਰੋਟੀ ਖਾ ਕੇ ਰੋਂਦੀ, ਰੋਂਦੀ ਰੋਟੀ ਖਾ ਕੇ ਕੱਚੀ ਰੋਂਦੀ। ਮੈਂ ਕਹਿੰਦਾ ਚਾਚਾ ਜੀ ਬੈਟਰ ਕਰਨਗੇ। ਤੁਸੀਂ ਉਹ ਜਿਹੜਾ ਇਸ ਪਰਿਵਾਰ ਦੀ ਮੈਨੂੰ ਲੱਗਦਾ ਟੰਗ ਟਵਿਸਟਰ ਚ ਜਾਨ ਲਾਜ ਬਚਾ ਸਕਦੇ ਹੋ। ਕੱਚੀ ਰੋਟੀ ਖਾ ਕੇ ਰੋਂਦੀ, ਰੋਟੀ ਖਾ ਕੇ ਕੱਚੀ ਰੋਂਦੀ। ਕੱਚੀ ਰੋਟੀ ਖਾ ਕੇ ਰੋਂਦੀ, ਰੋਟੀ ਖਾ ਕੇ ਕੱਚੀ ਰੋਂਦੀ। ਕੱਚੀ ਰੋਟੀ ਖਾ ਕੇ ਰੋਂਦੀ, ਰੋਟੀ ਖਾ ਕੇ ਕੱਚੀ ਰੋਂਦੀ। ਕੱਚੀ ਰੋਟੀ ਖਾ ਕੇ ਰੋਂਦੀ, ਰੋਟੀ ਖਾ ਕੇ ਕੱਚੀ ਰੋਂਦੀ। ਕੱਚੀ ਰੋਟੀ ਖਾ ਕੇ ਰੋਂਦੀ, ਰੋਟੀ ਖਾ ਕੇ ਕੱਚੀ ਰੋਂਦੀ। ਸੋਨੂ ਜੀ, ਜਿਹੜੀ ਰਿਸ਼ਤੇ ਹੁੰਦੇ ਨਾ, ਜਿਹੜੀਆਂ ਜੋੜੀਆਂ ਹੁੰਦੀਆਂ, ਲੌਂਗ ਲਾਚੀਆਂ ਵਰਗੀਆਂ ਹੁੰਦੀਆਂ ਨੇ। ਸੋ ਹੁਣ ਵਾਰੀ ਹੈ ਸਾਡੇ ਅਗਲੇ ਰਾਊਂਡ ਲੌਂਗ ਲਾਚੀ ਦੀ। ਤੇ ਹੁਣ ਤੁਸੀਂ ਤਿੰਨੋਂ ਜਿਹੜੀਆਂ ਲੌਂਗ ਲਾਚੀ ਵਰਗੇ ਇਕੱਠੀਆਂ ਰਹਿੰਦੀਆਂ ਹੋ, ਮਤਲਬ ਰਿਸ਼ਤਿਆਂ ਦੇ ਨਾਲ ਨਾਲ ਤੁਸੀਂ ਗੁਰਦੀਪ ਸਹੇਲੀਆਂ ਜ਼ਿਆਦਾ ਹੋ। ਸੋ ਹੁਣ ਵਾਰੀ ਹੈ ਇਹਨਾਂ ਦੀ ਬੌਂਡਿੰਗ ਚੈੱਕ ਕਰਨ ਦੀ। ਦੇਖਣਾ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਕਿੰਨੀ ਕੁ ਅੰਡਰਸਟੈਂਡਿੰਗ ਹੈ, ਕਿਉਂਕਿ ਮੈਂ ਤੁਹਾਡੇ ਤੋਂ ਕੁਛ ਸਵਾਲ ਪੁੱਛਣੇ ਨੇ। ਤੁਸੀਂ ਇਹਨਾਂ ਤਿੰਨਾਂ ਚੋਂ ਕਿਸੇ ਇੱਕ ਨੂੰ ਚੂਜ਼ ਕਰਨਾ। ਜੇ ਤਾਂ ਇਹ ਲੜ ਪਈਆਂ ਜਾਂ ਅਗਰੀ ਕਰ ਗਈਆਂ, ਫਿਰ ਸਮਝਾਂਗੇ ਠੀਕ ਹੈ, ਇਹ ਆਪਸ 'ਚ ਐਡਜਸਟ ਕਰ ਲੈਂਦੀਆਂ ਨੇ। ਤੁਸੀਂ ਰੈਡੀ ਹੋ? ਹਾਂਜੀ। ਸੋ ਮੇਰਾ ਪਹਿਲਾ ਸਵਾਲ ਇਹ ਹੈ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਜ਼ਿਆਦਾ ਗੁੱਸਾ ਕਿਹਨੂੰ ਆਉਂਦਾ ਹੈ? ਭਾਬੀ ਜੀ, ਤੁਸੀਂ ਤਿੰਨੋਂ ਅਗਰੀ ਕਰਦੇ ਹੋ? ਅਗਲੇ ਕੁਐਸਚਨ ਵੱਲ ਵਧਦੇ ਆ ਕਿ ਸ਼ਾਪਿੰਗ ਤੇ ਟਾਈਮ ਇਹਨਾਂ ਤਿੰਨਾਂ ਚੋਂ ਕੌਣ ਜ਼ਿਆਦਾ ਲਗਾਉਂਦਾ? ਮੰਮਾ।
ਅਗਰੀ ਕਰਦੇ ਸਾਰੇ ਹਾਂਜੀ ਇਹੀ ਜ਼ਿਆਦਾ ਮਤਲਬ ਐਕਚੁਅਲੀ ਸ਼ਾਪਿੰਗ ਅਸੀਂ ਇਕੱਠੀ ਅਸੀਂ ਆਪਣੀ ਸ਼ਾਪਿੰਗ ਵੀ ਇਹਨੂੰ ਕਹਿ ਦਿੰਦੇ ਵੀ ਤੂੰ ਹੀ ਕਰਕੇ ਆ ਜੀ ਸਾਡੇ ਕੋਲ ਟਾਈਮ ਹੈ ਨਹੀਂ ਇਹਨਾਂ ਨੂੰ ਇਦਾਂ ਹੁੰਦਾ ਵੀ ਮੈਨੂੰ ਮੇਰਾ ਸ਼ਾਪਕੀਪਰ ਹੈ ਨਾ ਤੇ ਮੈਨੂੰ ਹਰ ਇੱਕ ਚੀਜ਼ ਖੋਲ ਕੇ ਦਿਖਾਵੇ ਔਰ ਫਿਰ ਬਾਰਗੇਨਿੰਗ ਵੀ ਇਹਦੇ ਵਰਗੀ ਕੋਈ ਨਹੀਂ ਕਰ ਸਕਦੀ ਅਸੀਂ ਨਹੀਂ ਕਰ ਸਕਦੇ ਸੋ ਅੱਗੇ ਵਧਦੇ ਹਾਂ ਕਿ ਤਿੰਨਾਂ ਚੋਂ ਗੱਲ ਗੱਲ ਤੇ ਦਿਲ ਤੇ ਲਗਾ ਲੈਣਾ ਫਿਰ ਸਾਈਡ ਤੇ ਬਹਿ ਜਾਣਾ ਰੁੱਸ ਜਾਣਾ ਫਿਰ ਮਨਾਉਣ ਲਈ ਟਾਈਮ ਲੱਗਣਾ ਉਹ ਕੌਣ ਹੈ ਤਿੰਨਾਂ ਵਿਚੋਂ ਡਾਂਸ ਕੌਣ ਜ਼ਿਆਦਾ ਵਧੀਆ ਕਰਦੇ ਰੈਡੀ ਹੋਣ ਚ ਜ਼ਿਆਦਾ ਟਾਈਮ ਕੌਣ ਲਗਾਉਂਦਾ ਹੈ ਦੋ ਤਿੰਨ ਵਾਰੀ ਕੱਪੜੇ ਚੇਂਜ ਕਰਨੇ ਆ ਮਤਲਬ ਮੈਨੂੰ ਇਹ ਹੁੰਦਾ ਕਿ ਮੈਨੂੰ ਦੇਖ ਕੇ ਕੋਈ ਇਹ ਨਾ ਕਹੇ ਕਿ ਨੂਰੀ ਅੱਜ ਸੋਹਣੀ ਨੀ ਲੱਗ ਰਾਤ ਦਾ ਟ੍ਰੈਵਲ ਵੀ ਨਾਈਟ ਸੂਟ ਵੀ ਦੋ ਵਾਰੀ ਚੇਂਜ ਹੋਣਗੇ ਇੱਕ ਵਾਰੀ ਚ ਨੀ ਪਸੰਦ ਆਉਂਦਾ ਉਹ ਵੀ ਸਭ ਤੋਂ ਅਲੱਗ ਵਾਹ ਸੋ ਅਗਲਾ ਹੈ ਜੀ ਜਿਹੜੇ ਕਿ ਤੁਹਾਡੀ ਸਾਰੀ ਫੈਮਿਲੀ ਦੀ ਮੇਰਾ ਫੇਵਰੇਟ ਚੀਜ਼ ਹੈ ਤਾਸ਼ ਖੇਡਣਾ ਲੇਕਿਨ ਤਾਸ਼ ਖੇਡਣ ਦੇ ਵਿੱਚ ਚੀਟਿੰਗ ਇਹਨਾਂ ਤਿੰਨਾਂ ਚੋਂ ਜ਼ਿਆਦਾ ਕੌਣ ਕਰਦਾ ਮਤਲਬ ਭਾਬੀ ਤਾਸ਼ ਵਿੱਚ ਭਾਬੀ ਬਣਨ ਲਈ ਚੀਟਿੰਗ ਕਰਦੀ ਹੈ ਪੱਤੇ ਨੀਚੇ ਨਹੀਂ ਇਹਦੇ ਵਿੱਚ ਮੇਰੇ ਹਸਬੈਂਡ ਹੈਲਪ ਕਰਦੇ ਆ ਮਤਲਬ ਮੈਨੂੰ ਬਣਾ ਕੇ ਦੇ ਦਿੰਦੇ ਸਾਰਾ ਕੁਝ ਤੇ ਪ੍ਰੈਜ਼ੈਂਟ ਇਦਾਂ ਕਰਦੀ ਕਿ ਇਹਨਾਂ ਨੂੰ ਪਤਾ ਨਹੀਂ ਚੱਲਦਾ ਸੋ ਆਖਰੀ ਸਵਾਲ ਹੈ ਜੀ ਤਿੰਨਾਂ ਵਿੱਚੋਂ ਚਾਹ ਦੀ ਸ਼ੌਕੀਨ ਕੌਣ ਹੈ ਸਾਰੇ ਜਿਵੇਂ ਕਹਿੰਦੇ ਹੋ ਕਿ ਤੁਹਾਡੇ ਘਰੇ ਮਹਿਫਲਾਂ ਬਹੁਤ ਲੱਗਦੀਆਂ ਨੇ ਤੇ ਨਾਨੀਆਂ ਦਾਦੀਆਂ ਜਦੋਂ ਇਕੱਠੀਆਂ ਹੁੰਦੀਆਂ ਨੇ ਜਾਂ ਮਾਸੀਆਂ ਚਾਚੀਆਂ ਹਨਾ ਮਾਮੀਆਂ ਇਕੱਠੀਆਂ ਹੁੰਦੀਆਂ ਨੇ ਤੇ ਬੱਚਿਆਂ ਨੂੰ ਨਾ ਬੁਝਾਰਤਾਂ ਪੁੱਛਦੀਆਂ ਹੁੰਦੀਆਂ ਨੇ ਤੁਸੀਂ ਵੀ ਜ਼ਰੂਰ ਆਪਣੇ ਬੱਚੇ ਨੂੰ ਨਿੱਕੇ ਹੁੰਦੇ ਬੁਝਾਰਤਾਂ ਜਾਂ ਤੁਸੀਂ ਆਪਣੀ ਮੰਮੀ ਨੂੰ ਜਾਂ ਮਾਸੀਆਂ ਨੂੰ ਪੁੱਛੀਆਂ ਹੋਣੀਆਂ ਬੁਝਾਰਤਾਂ ਸੋ ਮੈਂ ਵੀ ਤੁਹਾਡੇ ਤੋਂ ਇੱਕ ਬੁਝਾਰਤ ਪੁੱਛੂੰਗੀ ਕਿਉਂਕਿ ਮੈਨੂੰ ਲੱਗਦਾ ਕਿ ਜਦ ਤੱਕ ਪਰਿਵਾਰ ਇਕੱਠਾ ਬੈਠ ਕੇ ਇੱਕ ਦੂਜੇ ਨੂੰ ਬਾਤਾਂ ਨਾ ਪੁੱਛੇ ਪਰਿਵਾਰਿਕ ਮਹਿਫਲਾਂ ਨਾ ਅਧੂਰੀਆਂ ਨੇ ਸੋ ਬੁਝਾਰਤ ਹੈ ਜੀ ਗੋਲ ਗੋਲ ਹੈ ਉਹਦਾ ਚਿਹਰਾ ਪੇਟ ਨਾਲ ਹੈ ਰਿਸ਼ਤਾ ਗਹਿਰਾ ਰੋਟੀ ਰੋਟੀ ਬਿਲਕੁਲ ਸਹੀ ਜਵਾਬ ਸੋ ਮੈਨੂੰ ਲੱਗਦਾ ਕਿ ਇਹ ਬੁਝਾਰਤ ਜਿਹੜੀ ਮੈਂ ਬਹੁਤ ਆਸਾਨ ਪੁੱਛੀ ਸੀ ਇਸ ਲਈ ਤੁਸੀਂ ਪੁੱਛ ਲਈ ਹੈ ਮਾਸੀ ਆਏ ਨੀ ਤੇ ਮੈਂ ਉਦੋਂ ਫੋਨ ਕੀਤਾ ਮਾਸੀ ਉਦੋਂ ਹੀ ਤੁਰ ਪੈਣਾ ਨਹੀਂ ਜਾਇਆ ਗਿਆ ਇਹਨਾਂ ਦਾ ਥੋੜਾ ਜਿਹਾ ਟੂਰ ਵਗੈਰਾ ਦੀ ਪ੍ਰੋਬਲਮ ਸੀ ਤੇ ਨਹੀਂ ਜਾਇਆ ਗਿਆ ਰਾਤ ਨੂੰ ਇਹਦਾ ਫੋਨ ਆਇਆ ਕਹਿੰਦਾ ਮਾਸੀ ਇਹ ਤਾਂ ਗਲਤ ਗੱਲ ਹੋ ਗਈ ਨਾ ਇਹ ਮੈਂ ਆਪਣੇ ਹਸਬੈਂਡ ਨੂੰ ਕਿਹਾ ਮੈਂ ਕਿਹਾ ਚੱਲੀਏ ਵਿਚਾਰਾ ਵੇਟ ਕਰਦਾ ਪਿਆ ਜੇ ਮੈਂ ਜਾਊਂਗੀ ਅਚਾਨਕ ਸਰਪ੍ਰਾਈਜ਼ ਦਊਂਗੀ ਤਾਂ ਬਹੁਤ ਜ਼ਿਆਦਾ ਖੁਸ਼ ਹੋ ਜਾਊਗਾ ਜਦੋਂ ਅਸੀਂ 1 ਵਜੇ ਪਹੁੰਚੇ ਇਹਨਾਂ ਦੇ ਹਸਬੈਂਡ ਬ੍ਰਦਰ ਮੇਰੇ ਉਹ ਵੀ ਸਾਰੇ ਅਸੀਂ ਫਿਰ ਕੇਕ ਇਕੱਠੇ ਦੋ ਕੱਟੇ ਅਸੀਂ ਵੀ ਹੁਣ ਅਸੀਂ ਆਇਆ ਬਹੁਤ ਜ਼ਿਆਦਾ ਸਰਪ੍ਰਾਈਜ਼ ਹੋਇਆ ਬਹੁਤ ਜ਼ਿਆਦਾ ਖੁਸ਼ ਹੋਇਆ ਜਿੱਥੇ ਵੀ ਜਾਣਾ ਮਾਸੀ ਹਰ ਜਗ੍ਹਾ ਤਿਆਰ ਹੋ ਜਾਂਦੇ ਬਸ ਮੰਮਾ ਹੀ ਨਹੀਂ ਤਿਆਰ ਹੁੰਦੀ ਇਵਨ ਕਿ ਸਾਡੇ ਜਿਹੜੇ ਵੀ ਕੋਈ ਵੀ ਟੂਰਸ ਐਂਡ ਟ੍ਰਿਪਸ ਹੁੰਦੇ ਆ ਨਾ ਉਸੇ ਵੇਲੇ ਔਨ ਦੀ ਸਪੋਟ ਡਿਸੀਜਨ ਇੱਕ ਦਿਨ ਅਗਰ ਉਹ ਕੈਂਸਲ ਹੁੰਦੇ ਆ ਤਾਂ ਸਾਡੀ ਮਾਸੀ ਜੀ ਦੀ ਵਜ੍ਹਾ ਨਾਲ ਹੁੰਦੇ ਆ ਕਿਸਾ ਮੈਂ ਸੁਣਾਨੀ ਆ ਕਿ ਸਾਡੇ ਜਿਹੜੇ ਹਸਬੈਂਡ ਹੈ ਨਾ ਤਿੰਨਾਂ ਦੇ ਇਹ ਵੀ ਬਹੁਤ ਜ਼ਿਆਦਾ ਖੁਸ਼ ਰਹਿੰਦੇ ਤਿੰਨੋਂ ਅਸੀਂ ਨਾ ਐਕਚੁਅਲ ਚ ਖਾਟੂ ਸ਼ਾਮ ਰਾਜਸਥਾਨ ਚ ਜਗ੍ਹਾ ਅਸੀਂ ਉੱਥੇ ਬਹੁਤ ਜਾਂਦੇ ਹਾਂ ਤੇ ਬੈਠੇ ਬੈਠੇ ਕੋਈ ਗੱਲ ਚੱਲੀ ਤੇ ਕਹਿੰਦੇ ਹੁਣੇ ਚੱਲੀਏ ਕਹਿੰਦੇ ਹਾਂ ਹੁਣੇ ਚੱਲੋ ਇਹ ਕਹਿੰਦੀ ਫਿਰ ਸਾਰਿਆਂ ਨੂੰ ਨਹਾਉਣਾ ਪੈਣਾ ਕਹਿੰਦੇ ਜੀ ਕੋਈ ਨੀ ਸੀ ਦੋ ਵਜੇ ਦਾ ਟਾਈਮ ਸੀਗਾ ਤੇ ਉਸੇ ਵੇਲੇ ਸਭ ਨੇ ਆਪਣੇ ਆਪਣੇ ਬੈਗ ਪੈਕ ਕੀਤੇ ਨਿਕਲ ਗਏ ਮਤਲਬ ਸਾਰੇ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ ਅੱਛਾ ਮਾਸੀ ਦੀ ਇੰਨੀ ਗੱਲ ਹੋ ਰਹੀ ਹੈ ਭੈਣਾਂ ਦਾ ਇੱਕ ਹੋਰ ਬੜਾ ਜਿਵੇਂ ਚਾਅ ਚੜਦਾ ਜਦੋਂ ਭੈਣ ਦਾ ਵਿਆਹ ਹੁੰਦਾ ਤੇ ਜਦੋਂ ਤੁਹਾਡੇ ਭੈਣ ਦਾ ਵਿਆਹ ਸੀ ਰਿਸ਼ਤਾ ਹੋਇਆ ਪੱਕਾ ਸਾਲੀਆਂ ਦਾ ਨਾਕਾ ਲੱਗਣਾ ਸੀ ਉਦੋਂ ਪਹਿਲਾਂ ਮੈਂ ਇਹ ਪੁੱਛੂਗੀ ਕਿ ਇਹ ਆਪਣੀ ਮਤਲਬ ਮੈਰਿਜ ਤੇ ਇੰਨੇ ਐਕਸਾਈਟਿਡ ਸੀ ਅੱਛਾ ਹਾਂ ਇਹ ਕਹਿੰਦੇ ਵੀ ਜੋ ਚਾਹੀਦਾ ਉਹ ਦੱਸੋ ਆਪਾਂ ਤਾਂ ਆਪਾਂ ਵੀ ਮੌਕੇ ਦਾ ਪੂਰਾ ਫਾਇਦਾ ਚੱਕਿਆ ਆਪਾਂ 5100 ਮੰਗੇ ਔਰ ਇਹਨਾਂ ਨੇ 5100 ਦਿੱਤੇ ਤਾਂ ਬਾਅਦ ਵੀ ਸਮਝ ਆਈ ਨਾ 1 ਮਹੀਨੇ ਬਾਅਦ ਵੀ ਮੈਂ ਕੀ ਕਰਕੇ ਲਿਆ 5100 ਮੰਗਿਆ ਸਿੱਧਾ 21 ਇਅਰਸ ਪਹਿਲੇ ਤਾਂ ਮਤਲਬ ਚਲੋ ਇਹ ਬਹੁਤ ਹੁੰਦਾ ਸੀ ਉਸ ਟਾਈਮ ਅਸੀਂ ਇੰਜੋਏ ਵੀ ਬਹੁਤ ਕੀਤਾ ਇਹਨਾਂ ਦੇ ਮੈਰਿਜ ਤੇ
मेरी छोटी बेटी दस सकती है कितना तंग करता हूं बाहर जा रहे है थोड़ा बस दो महीने का टाइम रह गया जिन्ना प्यार बनाया जा सकता है थोड़े टाइम तक एक जॉब करता सी ना he was like sincere हाँ बहुत अच्छा है पर जब भी होने का वीजा आ गया उन्होंने जॉब छोड़ती अपना शॉपिंग वगैरह कर रहा है जदा इन्हें तंग करना स्टार्ट किया ना साढ़े नक विच तंग कर रहा है वैसे जो ये बाहर चल जाएंगे तो तुसी रोना भी सारा ने सब तो ज्यादा है ये तो है मैं रोना नहीं एक्चुअली जाना मैं सी बनया नहीं मेरा मैंने उस का दुख क्या हो वीजा दिता नहीं कनाडा वाले ने उन्हें देता इनू हंसी का दुख है अच्छा लूरी जी तुसी गल कर रहे थे कि जो सिस्टर का विआह होने वाला सीगा ते तुसी दिन गिनते सी रोज सोचते सी कल चले जाना ते तुसी जो विदाई होगी रो रू लिया उधर पेके परिवार झोली शगन पाते सारे जने काफी शगन कट्ठा हो गया फिर कंगना खेडते अपा है ना वो भी मैं जीती सी फिर उस दिन का ही अपना दबदबा चंगी वधिया चल रहा है अपने पूरी तरह कहने विच है मदर इन लॉ भी बहुत अच्छे है मैं सपोर्टिव है घर का काम है सारा मेरे नाल करवांदे है ये नेचर बहुत अच्छी है दादी जी ताश भी बड़ी सोहनी खेलती एक्चुअली लॉकडाउन दा असर है लॉकडाउन दा असर है सो मैं तुहाडे जिहड़ा वड्डा भतीजा साहब है हुण तुहाडी बारी है जी अपनी चाची बारे कुछ कहो चाची दे नाल कोई ऐसी मेमोरी होवे तुहाडी प्यारी जी मेमरीज तो बहुत ने क्योंकि असि मोस्टली इकट्ठी जाने जिथे भी जाने जी। मोस्टली ज्यादातर मैं रहिंदा भी इधर ही हाँ लॉकडाउन के असं नीयर अबाउट दो ढाई महीने इत्थे ही कट्टे असं सारा दिन इत्थे ही कुकिंग करते सी सारा कुछ इत्थे ही बनाते सी क्योंकि मैं खुद एक शेफ हाँ तो मैं मोस्टली डिशेज बनाता रहिंदा सी उरे ही कुछ ना कुछ प्रिपेयर करते रहिंदे सी उरे ही खाते रहिंदे सी जॉब के लिए प्लीज संपर्क करें नंबर नोट कीजिए अच्छा केड़ी ऐसी डिश है जिहड़ी सब तो ज्यादा तुहानूं इदां दी जो खाती बड़ी स्वाद लगी हनी कॉलीफ्लावर अच्छा लॉकडाउन विच बनाई सी हनी कॉलीफ्लावर एंड चाम It was very tasty. गरिमा मैं तो जानना चाहूंगी कि तुहाडी अपने ब्रदर ना तुसी कह रहे हो नोक चोक बड़ी रहिंदी है ओ नहीं नहीं पहले तो इन्नी सीगी नहीं साडी है तो हुनी जद तो इन्हां दी जॉब इन्हां छड्डी है उदों तो ही साडी नोक चोक हुई है ना रकमा ते नूं सुट्टो कि जॉब छड्डी नहीं तो बहुत रिस्पेक्ट सी इहदे लई पहले इहदे नाल आया हुंदा बहुत रिस्पेक्ट सी बहुत रिस्पेक्ट सी ना सी ओ सी ओ हुण तो सी ओ हो चुका ਤੁਹਾਡੇ ਪਰਿਵਾਰ ਵਿੱਚ ਵਾਕਈ ਕਾਫੀ ਰੌਣਕ ਮੇਲੇ ਲੱਗੇ ਹੋਏ ਨੇ ਤੇ ਹੁਣ ਅਗਲਾ ਰਾਉਂਡ ਵੀ ਹੈ ਜੀ ਰੌਣਕ ਮੇਲਾ ਤੇ ਰੌਣਕ ਮੇਲਾ ਦੀ ਜਿਹੜੀ ਇਹ ਗੇਮ ਹੈ ਇੰਨੀ ਵੀ ਸਿੰਪਲ ਨਹੀਂ ਹੈਗੀ ਕਿ ਤੁਹਾਨੂੰ ਲੱਗੇ ਬੜੇ ਆਸਾਨੀ ਨਾਲ ਜਿੱਤੋਗੇ ਤੁਸੀਂ ਦੋ ਟੀਮਾਂ ਤੁਹਾਡੀਆਂ ਬਣਾ ਦਿਆਂ ਮੈਂ ਤੁਸੀਂ ਵਾਰੀ ਵਾਰੀ ਸਿਰ ਹਰ ਟੀਮ ਮੈਂਬਰ ਨੇ ਗੇਮ ਖੇਡਣੀ ਹੈ ਤੇ ਜਿਹੜਾ ਟੀਮ ਮੈਂਬਰ ਜ਼ਿਆਦਾ ਵਾਰੇ ਜਿੱਤਣਗੇ ਉਹ ਟੀਮ ਜਿਹੜੀ ਹੈ ਜਿੱਤ ਜੇਗੀ ਸੋ ਗੇਮ ਹੈਗੀ ਹੈ ਕਿ ਤੁਸੀਂ ਬੈਲੂਨ ਲੈਣਾ ਹੈ ਇੱਕ ਬੈਲੂਨ ਨੂੰ ਫੁਲਾਉਣਾ ਹੈ ਪਰ ਇੱਥੇ ਨੇੜੇ ਆ ਕੇ ਫੁਲਾਉਣਾ ਹੈ ਗਿਲਾਸ ਦੇ ਵਿੱਚ ਫਸਾ ਕੇ ਗਿਲਾਸ ਚੁੱਕਿਆ ਜਾਏਗਾ ਤੇ ਤੁਸੀਂ ਇਹਦੇ ਵਿੱਚ ਰੱਖ ਦੇਣਾ ਇੱਦਾਂ ਹੀ ਵਨ ਬਾਏ ਵਨ ਤੁਸੀਂ ਗਲਾਸਾਂ ਦਾ ਢੇਰ ਲਗਾਉਂਦੇ ਜਾਣਾ ਤੇ ਜਿਹੜਾ ਜ਼ਿਆਦਾ ਢੇਰ ਲਗਾਏਗਾ ਯਾਨੀ ਕਿ ਜ਼ਿਆਦਾ ਗਲਾਸਿਸ ਜਿਹਦੇ ਹੋਣਗੇ ਉਹ ਟੀਮ ਮੈਂਬਰ ਉਸ ਟੀਮ 'ਚੋਂ ਜਿੱਤ ਜਾਏਗਾ ਸੋ ਕਰੀਏ ਫਿਰ ਸ਼ੁਰੂ ਪਹਿਲੇ ਮੈਂ ਕਹਿੰਦੀ ਹਾਂ ਸੋਨੂ ਜੀ ਤੋਂ ਤੇ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਕਰੋ ਫਿਰ ਤਿਆਰੀ ਗਲਾਸ ਨੀ ਫੜਨਾ ਤੁਸੀਂ ਸੋਨੂ ਜੀ ਢੇਰ ਵੱਡਾ ਹੋਣਾ ਚਾਹੀਦਾ ਤੁਸੀਂ ਇਹਦੇ ਵਿੱਚ ਪਾਈ ਬੈਲਨ ਹੋਰ ਲੈ ਲੈ ਫਿਸਲ ਲੈ ਚੱਕ ਲੈ ਚੱਕ ਲੈ
देख लेने कि किद्दा तुसी आज कंपटीशन कर दिया रेडी बकअप जवान बकअप पूरी जल्दी कर शाबाश 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 बैलून पूरा बना दो मैं इंच रखे ना उन्होंने पूरे जीजी वाला धक्का मारे है जिम्मेदारी आंदा ही नहीं हो थोड़ी और हवा बनाओ हां चले आएंगे कुछ भी हो सकता है एंड दे प्लीज कर दिया मां फोन बंद कर मेरा हम जीत गया पर फिर भी तुम हार नहीं वाले हो सो चलो 2-1 से हारा के इज्जत बचाली मतलब हमारी होती है इनका कितना जीत जितना का सपना भी पूरा हो गया भाभी दे कोई नहीं दूजी पार्टी जीत गई अपनी ओ हेलो 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 जी हरे भी जीत रहे हैं ओ नेड़े नेड़े भी नहीं आ गई यार जिड़ी ची फोनी भी उन्हें जोर नहीं मारी था रुद्र रूप आया इन्हें मार्जिन बना था सरकार ने बड़ी एक्टिव बनी है लेकिन फिर भी 2-1 तो जीतती है सोनू जी की टीम रौनक मेला राउंड इतना ही कंप्लीट होता है
ਤੁਹਾਡੇ ਪਰਿਵਾਰ ਵਾਲੇ ਬੋਲਦੇ ਤਾਂ ਬਹੁਤ ਨੇ ਤੇ ਹੁਣ ਦੇਖਣਾ ਹੈ ਕਿ ਇਹ ਗਾ ਚੰਗਾ ਲੈਂਦੇ ਨੇ ਕਿ ਨਹੀਂ, ਕਿਉਂਕਿ ਹੁਣ ਰਾਉਂਡ ਹੈ ਜੀ ਅੰਤਾਕਸ਼ਰੀ। ਇਹ ਵਾਲੀ ਅੰਤਾਕਸ਼ਰੀ ਇੰਨੀ ਈਜ਼ੀ ਨਹੀਂ ਹੈਗੀ। ਸੋ ਅੰਤਾਕਸ਼ਰੀ ਦੇ ਨਿਯਮ ਮੈਂ ਤੁਹਾਨੂੰ ਸਮਝਾ ਦਿੰਦੀ ਹਾਂ। ਮੈਂ ਇੱਕ ਗਾਣੇ ਦਾ ਹਿੰਟ ਤੁਹਾਨੂੰ ਦਊਂਗੀ। ਹਿੰਟ ਕੁਛ ਇਸ ਤਰ੍ਹਾਂ ਹੋਣਗੇ ਕਿ ਮੈਂ ਗਾਣੇ ਦੇ ਸ਼ਬਦ ਟੇਢੇ ਮੇਢੇ ਅਰੇਂਜ ਕਰਕੇ ਤੁਹਾਨੂੰ ਦੱਸੂਗੀ। ਜਿਹੜੀ ਟੀਮ ਉਹ ਗਾਣਾ ਪਹਿਲਾਂ ਹਿੰਟ ਜਿਹੜਾ ਗੈਸ ਕਰ ਲੇਗੀ ਉਹ ਆਪਣਾ ਹੱਥ ਖੜਾ ਕਰੇਗੀ, ਫਿਰ ਉਹ ਗਾਣਾ ਗਾਏਗੀ। ਜੇ ਗਾਣਾ ਸਹੀ ਹੋਇਆ ਤਾਂ ਉਹ ਟੀਮ ਪਲੱਸ ਪੁਆਇੰਟ 'ਚ ਜਾਏਗੀ। ਸਿੰਪਲ ਹੈ। ਸੋ ਤੁਹਾਡਾ ਪਹਿਲਾ ਹਿੰਟ ਹੈ ਜੀ, ਸਿੰਗਲ ਕੱਲੀ ਚੱਲਾ। ਸਾਰੀ ਦੁਨੀਆ ਨੇ ਦਿਲੋਂ ਕੱਢਿਆ ਸੀ ਮੈਂ, ਤੇਰੇ ਜੋਗਾ ਰੱਬ ਨੇ ਤਾਂ ਛੱਡਿਆ ਸੀ ਮੈਂ। ਸਿੰਗਲ ਸੀ ਮੈਂ ਤੂੰ ਵੀ ਕੱਲੀ ਮਿਲ ਗਈ, ਸਿੰਗਲ ਸੀ ਮੈਂ ਤੂੰ ਵੀ ਕੱਲੀ ਮਿਲ ਗਈ। ਚੱਲਾ ਜਿਹਾ ਮੈਂ ਤੂੰ ਵੀ ਚੱਲੀ ਮਿਲ ਗਈ, ਚੱਲਾ ਜਿਹਾ ਮੈਂ ਤੂੰ ਵੀ ਚੱਲੀ ਮਿਲ ਗਈ। ਸੋ ਦੂਸਰਾ ਹਿੰਟ ਹੈ ਜੀ, ਚੰਡੀਗੜ੍ਹ ਸਿਪਾਹੀ ਚਸ਼ਮਾ। ਤੇਰੇ ਨਾਂ ਦੀਆਂ ਧੁੰਮਾਂ ਪੈ ਗਈਆਂ, ਤੂੰ ਚੰਡੀਗੜ੍ਹ ਤੋਂ ਆਈ ਰੀ, ਤੈਨੂੰ ਵੇਖ ਕੇ ਹੋ ਗਏ ਪਰਦੇ ਦੇ ਚੌਂਕਾਂ ਵਿੱਚ ਸਿਪਾਹੀ ਦੀ। ਰੋਟੀ ਤੇ ਕਾਲਾ ਤਿਲ ਕੁੜੀਏ, ਰੋਟੀ ਤੇ ਕਾਲਾ ਤਿਲ ਕੁੜੀਏ, ਜਿੱਦਾਂ ਦੇ ਚੰਦੇ ਟੁਕੜੇ ਤੇ ਤੈਨੂੰ ਕਾਲਾ ਚਸ਼ਮਾ, ਤੈਨੂੰ ਕਾਲਾ ਚਸ਼ਮਾ ਜਚਦਾ ਏ, ਜਚਦਾ ਏ ਗੋਰੇ ਮੁਕੜੇ ਤੇ ਕਾਲਾ ਚਸ਼ਮਾ ਜਚਦਾ ਏ। ਅਗਲਾ ਜਿਹੜਾ ਕਲੂ ਹੈ ਉਹ ਹੈ ਤੂੰ ਹੀ ਕਰਦੇ ਮੁੱਠੀ। ਤੂੰ ਹੀ ਕਰਦੇ ਜੇ ਮੈਂ ਤੈਨੂੰ ਯਾਦ ਕਰਨਿਆ, ਮੁੱਠੀ ਚ ਜਾਨ ਚਨਾ, ਸਾਡੀ ਮੁੱਠੀ ਚ ਜਾਨ ਚਨਾ, ਮੈਂ ਵੀ ਦਿਲ ਮਰਨਿਆ, ਤੂੰ ਹੀ ਕੀ ਕਰਦੇ ਜੇ ਮੈਂ ਤੈਨੂੰ ਯਾਦ ਕਰਨਿਆ। ਚਲੋ ਜੀ, ਫਿਲਹਾਲ ਦੋ ਪੁਆਇੰਟਸ ਹੈ, ਵਨ ਪੁਆਇੰਟਸ ਹੈ। ਸੋ ਅਗਲਾ ਹੈ ਜੀ, ਜਾ ਪਤੰਦਰਾ ਕਸੂਰ। ਫੇਰੀ ਟੇਲ ਦਾ ਭੁਲੇਖਾ ਵੇ ਪਾ ਲਿਆ ਸੀ, ਖੁਆਬ ਮੇਰਾ ਟੁੱਟਦਾ ਜਾ ਰਿਹਾ ਸੀ, ਰੋਮੈਂਟਿਕ ਵੀ ਨਾ ਹੁਣ ਰਿਹਾ ਪੂਰਾ ਵੇ, ਸੁਪਨੇ ਮੇਰੇ ਵੇ ਹੋ ਗਏ ਸਾਰੇ ਚੂਰ ਚੂਰ, ਜਾਵੇ ਜਾਵੇ ਜਾ ਜਾਵੇ ਪਤੰਦਰਾ, ਤੇਰੀਆਂ ਗੱਲਾਂ ਚ ਆ ਗਈ ਮੇਰਾ ਹੀ ਕਸੂਰ, ਜਾਵੇ ਜਾਵੇ ਜਾ ਜਾਵੇ ਪਤੰਦਰਾ, ਤੇਰੀਆਂ ਗੱਲਾਂ ਚ ਆ ਗਈ ਮੇਰਾ ਹੀ ਕਸੂਰ। ਸੋ ਸਕੋਰ ਬੰਦਾ ਜੀ 3-1, ਰਹਿ ਗਏ ਕਲੂਜ਼ ਸਾਡੇ ਕੋਲ 2, ਟਾਈ ਵੀ ਹੋ ਸਕਦਾ ਹੈ ਤੇ ਬਾਜ਼ੀ ਕਿਤੇ ਵੀ ਜਾ ਸਕਦੀ ਹੈ। ਸੋ ਅਗਲਾ ਹੈ ਜੀ, ਲੈਂਬਰਗਿਨੀ ਗੇੜੀਆਂ ਫਰੈਂਡਾਂ। ਲੈਂਬਰਗਿਨੀ ਦੇ ਵਿੱਚ ਲਾਉਂਦਾ ਫਿਰੇ ਗੇੜੀਆਂ, ਜਰੀਆਂ ਨਹੀਂ ਜਾਂਦੀਆਂ ਫਰੈਂਡਾਂ ਮੇ ਤੋਂ ਤੇਰੀਆਂ, ਵੇ ਪੋਟਾ ਪੋਟਾ ਪਿੰਜਿਆ ਪਿਆ ਪਿੰਜਿਆ ਜਾਂਦਾ ਹੈ ਜਿਵੇਂ ਰੂਹ, ਇਹ ਦਿਲ ਤੇਰਾ ਕਾਲਾ ਮੁੰਡਿਆ, ਜਿੱਤ ਗਈ ਹੈ। ਸੋ ਇਹ ਤੁਸੀਂ ਆਰਾਮ ਨਾਲ ਸਾਰੇ ਇਕੱਠੇ ਵੀ ਗਾ ਸਕਦੇ ਹੋ, ਦਿਲਦਾਰਾ ਗੁੱਡੀਆਂ ਜੱਚਦੀ। ਸੁਣ ਮੇਰੇ ਜਾਣ ਤੋਂ ਤੇਰੇ ਨਾਲ ਕਰ ਦੂ ਮੈਂ ਸਾਰੀਆਂ ਦੇ ਭੋਲੇ ਵੇ, ਤੇਰੇ ਨਾਲ ਮੈਂ ਜੱਚਦੀ, ਤੇਰੇ ਮੁੰਡਿਆਂ ਨਾਲ ਪਟੋਲੇ ਵੇ, ਤੇਰੇ ਨਾਲ ਮੈਂ ਜੱਚਦੀ। ਬਹੁਤ ਖੂਬ ਬਹੁਤ ਖੂਬ, ਮੈਨੂੰ ਬਹੁਤ ਮਜ਼ਾ ਆਇਆ ਅੰਤਾਕਸ਼ਰੀ ਖੇਡ ਕੇ ਤੁਹਾਡਾ, ਤੇ ਕਲੀਅਰਲੀ ਸੋਨੂ ਜੀ ਦੀ ਟੀਮ ਜਿਹੜੀ ਹੈ ਜਿੱਤਦੀ ਹੈ। ਤੇ ਤੁਹਾਡੇ ਵਾਸਤੇ ਨਾ ਮੇਰੇ ਕੋ ਇੱਕ ਬੜਾ ਹੀ ਪਿਆਰਾ ਜਿਹਾ ਤੋਹਫਾ ਹੈ, ਕਿਉਂਕਿ ਤੁਸੀਂ ਮੇਰਾ ਦਿਲ ਖੁਸ਼ ਕੀਤਾ। ਤੁਹਾਨੂੰ ਮਿਲਦਾ ਹੈ ਵੈਲ ਬੀਇੰਗ ਨਿਊਟ੍ਰੀਸ਼ਨ ਵੱਲੋਂ ਇਹ ਪਿਆਰਾ ਜਿਹਾ ਗਿਫਟ ਹੈਂਪਰ, ਪਰ ਇਸ ਤੋਂ ਪਹਿਲੇ ਮੈਂ ਤੁਹਾਨੂੰ ਇਹ ਦੇਵਾਂ, ਤੁਹਾਨੂੰ ਇਹਦੇ ਫਾਇਦੇ ਤਾਂ ਦੱਸ ਦਿੰਦੀ ਹਾਂ। ਵੈਲਬੀਇੰਗ ਨਿਊਟ੍ਰੀਸ਼ਨ ਇੱਕ ਸਮਾਰਟ ਨਿਊਟ੍ਰੀਸ਼ਨ ਬ੍ਰਾਂਡ ਹੈ ਜੋ ਕਿ ਨਵੇਂ ਅਤੇ ਨਵੀਨਤਾ ਭਰੇ ਢੰਗ ਨਾਲ ਤੁਹਾਡੇ ਸਰੀਰ ਨੂੰ ਲੋੜੀਂਦਾ ਪੋਸ਼ਣ ਦਿੰਦਾ ਹੈ। ਇਸ ਦਾ ਸਕਿਨ ਫਿਊਲ ਪ੍ਰੋਡਕਟ ਨਮੀ ਨੂੰ ਭਰਨ ਤੇ ਮੁਹਾਸਿਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਨਾਲ ਸਕਿਨ ਨੂੰ ਚਮਕਦਾਰ ਬਣਾ ਕੇ ਐਂਟੀ ਏਜਿੰਗ ਬੈਨੀਫਿਟਸ ਵੀ ਪ੍ਰੋਵਾਈਡ ਕਰਦਾ ਹੈ। ਲਓ ਜੀ ਸੋਨੂ ਜੀ, ਥੈਂਕ ਯੂ। ਅੱਛਾ ਇੰਨਾ ਹੀ ਨਹੀਂ, ਤੁਸੀਂ ਸੁਪਰ ਸਟਾਰ ਨੂੰ ਬਣੇ ਹੋ ਤੇ ਤੁਹਾਨੂੰ ਥੋੜਾ ਅਗਰ ਸੀਜ਼ਨ 2 ਚੱਲ ਰਿਹਾ ਤਾਂ ਤੁਹਾਨੂੰ ਦੋ ਦੋ ਤੋਹਫੇ ਮਿਲਣੇ ਵੀ ਤਾਂ ਬਣਦੇ ਆ ਨਾ। ਸੋ ਮੇਰੇ ਕੋਲ ਤੁਹਾਡੇ ਲਈ ਇੱਕ ਹੋਰ ਸਰਪ੍ਰਾਈਜ਼ ਗਿਫਟ ਹੈ। ਮੈਨੂੰ ਪਤਾ ਹੈ ਕਿ ਪੰਜਾਬੀ ਕੁੜੀਆਂ ਨਾਲ ਫੁਲਕਾਰੀਆਂ ਬਿਨਾਂ ਸਭਦੀਆਂ ਨਹੀਂ, ਫੁਲਕਾਰੀਆਂ ਬੜੀਆਂ ਫੇਵਰੇਟ ਹੁੰਦੀਆਂ ਇਹਨਾਂ ਦੀਆਂ। ਸੋ ਪੰਜਾਬੀ ਨੂੰਹਾਂ ਤੇ ਪੰਜਾਬੀ ਕੁੜੀਆਂ ਜਿਹੜੀਆਂ ਵਾਸਤੇ ਇੱਕ ਪਿਆਰੀ ਜੀ ਫੁਲਕਾਰੀ। ਥੈਂਕ ਯੂ। ਕਿੱਦਾਂ ਦਾ ਲੱਗਿਆ ਸੋਨੂ ਜੀ ਤੁਹਾਨੂੰ ਸੁਪਰ ਸਟਾਰ ਨੂੰ ਸੀਜ਼ਨ 2 ਤੇ ਆ ਕੇ? ਬਹੁਤ ਵਧੀਆ ਲੱਗਿਆ, ਬਹੁਤ ਮਜ਼ਾ ਆਇਆ
ਬਹੁਤ ਅੱਛੀ ਨੇਚਰ ਹੈ ਤੁਹਾਡੀ ਬਹੁਤ ਵਧੀਆ ਗੱਲਬਾਤ ਕਰਨ ਚ ਬਹੁਤ ਵਧੀਆ ਲੱਗਿਆ ਸਾਨੂੰ ਬਹੁਤ ਅੱਛਾ ਇੰਜੋਏ ਕੀਤਾ ਸੋ ਤੁਹਾਨੂੰ ਐਜ਼ ਅ ਫਰੈਂਡ ਸੋਨੂ ਜੀ ਨੂੰ ਅੱਜ ਸੁਪਰ ਸਟਾਰ ਨੂੰ ਬਣਦੇ ਦੇਖਦੇ ਹੋਏ ਕਿਹੋ ਜਿਹਾ ਲੱਗ ਰਿਹਾ ਬਸ ਇਹੀ ਫੀਲ ਆ ਰਹੀ ਹੈ ਕਿ ਸੁਪਰ ਸਟਾਰ ਨੂੰ ਇਹ ਇਕੱਲੀ ਨਹੀਂ ਬਣੀ ਅਸੀਂ ਤਿੰਨੋ ਹੀ ਬਣੀ ਹੈ ਕਿਉਂਕਿ ਅਸੀਂ ਹਰ ਇੱਕ ਚੀਜ਼ ਨੂੰ ਸ਼ੇਅਰ ਕਰਦੇ ਹਾਂ ਸੋ ਇਹ ਸੀ ਜੀ ਮੇਰੇ ਨਾਲ ਅੱਜ ਦੀ ਸੁਪਰ ਸਟਾਰ ਨੂੰ ਸੋਨੂ ਸਿੱਕਾ ਜੀ ਤੇ ਮੈਨੂੰ ਸੱਚੀ ਇਹਨਾਂ ਦੇ ਪਰਿਵਾਰ ਨਾਲ ਮਿਲ ਕੇ ਨਾ ਬੜਾ ਹੀ ਜ਼ਿਆਦਾ ਮਜ਼ਾ ਆਇਆ ਇਹਨਾਂ ਦਾ ਆਪਸ ਦੇ ਵਿੱਚ ਹਸਬੈਂਡ ਵਾਈਫ ਦਾ ਜੋ ਪਿਆਰ ਹੈ ਇਹ ਵੀ ਇੰਨਾ ਜ਼ਿਆਦਾ ਗੂੜਾ ਹੈ ਤੇ ਮੈਂ ਹਮੇਸ਼ਾ ਹੀ ਅਰਦਾਸ ਕਰੂੰਗੀ ਕਿ ਇਹ ਪਿਆਰ ਜਿਹੜਾ ਹਮੇਸ਼ਾ ਬਣਿਆ ਰਹੇ ਮੈਂ ਹੁਣ ਅਗਲੇ ਐਪੀਸੋਡ ਦਾ ਵੇਟ ਕਰੂੰਗੀ ਤੇ ਅਗਲੇ ਐਪੀਸੋਡ 'ਚ ਮਿਲੂੰਗੀ ਆਪਣੀ ਇੱਦਾਂ ਦੀ ਹੀ ਅਗਲੀ ਸੁਪਰਸਟਾਰ ਨੂੰ ਤੇ ਦੇਖਦੇ ਹਾਂ ਕਿ ਉਹ ਮੇਰੀ ਸ਼ਰਤਾਂ ਤੇ ਖਰੀ ਉਤਰਦੀ ਹੈ ਕਿ ਨਹੀਂ ਤੁਸੀਂ ਦੇਖਦੇ ਰਹੋ ਸੁਪਰਸਟਾਰ ਨੂੰ ਸੀਜ਼ਨ 2 ਤੇ ਮੈਂ ਲਊਂਗੀ ਹੁਣ ਤੁਹਾਡੇ ਤੋਂ ਇਜਾਜ਼ਤ ਸਤਿ ਸ਼੍ਰੀ ਅਕਾਲ